ਸਤਨਾਮ ਸ੍ਰੀ ਵਾਹਿਗੁਰੂ ਡੰਡੌਤ ਬੰਧਨ ਅਨੇਕ ਵਾਰ ਡੰਡੌਤ ਬੰਧਨ ਅਨੇਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿਆ ਪੁਕਾਰ ਕਹਿ ਨਾਨਕ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੈ ਹਰ ਦਰਗਹਿ ਪਤ ਸਿਉ ਜਾਇਂਦਾ ਤੇਰੀ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਤੋਹੇ ਬਣ ਆਵੇ ਉਪਮਾ ਤੋਹੇ ਬਣ ਆਵੇ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਉਪਮਾ ਤੋਹੇ ਬਣਿਆ ਤੇਰੀ ਉਪਮਾ ਤੋਹੇ ਬਣਿਆ ਉਪਮਾ ਤੋਹੇ ਬਣਿਆ ਤੇਰੀ ਉਪਮਾ ਤੋਹੇ ਬਣਿਆ ਉਪਮਾ ਤੋਹੇ ਬਣ ਉਪਮਾ ਤੋਹੇ ਬਣਿਆਵੇ ਤੇਰੀ ਉਪਮਾ ਤੋਹੇ ਬਣਿਆਵੇ ਉਪਮਾ ਤੋਹੇ ਬਣਿਆਵੇ ਤੇਰੀ ਉਪਮਾ ਤੋਹੇ ਬਣਿਆਵੇ ਤੇਰੀ ਉਪਮਾ ਵਾਹਿਗੁਰੂ ਦੀ ਉਪਮਾ ਵਾਹਿਗੁਰੂ ਉਪਮਾ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਤੋਹੇ ਬਣ ਆਵੇ ਉਪਮਾ ਤੋਹੇ ਬਣ ਆਵੇ ਉਪਮਾ ਤੋਹੇ ਬਣ ਆਵੇ ਉਪਮਾ ਤੋਹੇ ਬਣ ਆਵੇ ਵਾਹਿਗੁਰੂ ਉਪਮਾ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਤੋਹੇ ਬਣ ਆਵੇ ਵਾਹਿਗੁਰੂ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਤੋਹੇ ਬਣ ਆਵੇ
अवतार न जाने परमेश्वर पार ब्रह्म तू सुल्तान कहा हामी तेरी कवन ओ ब्रह्मांड को ठाकुर स्वामी सर्व जिया एक गुण नहीं मूर्ख तेरे कवन कवन गुण कह कह तू साहिब गुणी तुम्हारी महिमा वर्णन साको तू ठाकुर उच्च कन हर बूंद बसोर मावल कुसुम संत गनंत न आवै रव सस्करण उदर सागर को गंग तरंग अंत को पावै रुदर ध्यान ज्ञान सतगुर के कवजन पल पुनै जो गावै पल्ले अमरदास गुण तेरे तेरी उपमा तोहे बन आवै उपमा तो है बन आवे तेरी उपमा तो है बन आवे उपमा तो है बन आवे तेरी उपमा तो है बन आवे उपमा तोहे बन आवे वाहिगुरु उपमा तोहे बन आवे उपमा तोहे बन आवे तेरी उपमा तोहे बन आवे साहिब गुणिंदाना तुमरी महिमा वर्णना साको तो ठाकुर ऊच भगवान जुगो जुगो अटल चवर तख्त मालक दसम पातशाह जग दी जोत शब्द अवतार साहिब श्री गुरु ग्रंथ साहिब महाराज जी की पवित्र गोद विच बैठ के जिन्हें भी माई भाई दूरों नेड़ों आके
ਸਤ ਸੰਗਤ ਹਰੀ ਇਸ ਕੀਰਤਨ ਦਾ ਲਾਭ ਉਠਾ ਰਹੇ ਹੋ ਅਸੀਂ ਸਾਰੇ ਬਹੁਤ ਭਾਗਾਂ ਵਾਲੇ ਜਿਨ੍ਹਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਗੁਰੂ ਮਹਾਰਾਜਿਆਂ ਦੇ ਚਰਨਾਂ ਵਿੱਚ ਬੈਠ ਕੇ ਸਤ ਸੰਗਤ ਹਰੀ ਇਸ ਕੀਰਤਨ ਕਰਨ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਉਮਰ ਉਹਾਂ ਵਿੱਚ ਲੇਖੇ ਦੇ ਜਿਹੜੀ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਗੁਜਰੇ ਸਾਂਝ ਦੇ ਫਜਰੇ। ਰਾਤਰੀ ਦੇ ਦੋ ਦੀਵਾਨ ਸੰਗਤਾਂ ਨੇ ਮਹਾਨ ਉਪਰਾਲਾ ਕੀਤਾ ਹੈ, ਪਾਠ ਕਰਨਾ, ਨਿਤਨੇਮ ਕਰਨਾ, ਸਿਮਰਨ ਕਰਨਾ, ਆਪਣਾ ਸੇਵਾ ਕਰਨੀ, ਉਹਦੇ ਵਿੱਚ ਆਪਣਾ ਭਲਾ ਹੁੰਦਾ ਹੈ। ਪਰੰਤੂ ਜੋ ਸਤਸੰਗਤ ਕਰਵਾਉਂਦੇ ਹਨ, ਨਾਮ ਜਪਣ ਦਾ, ਕੀਰਤਨ ਹਰੀ ਜਸ ਵਾਹਿਗੁਰੂ ਦੇ ਗੁਣ ਗਾਉਣ ਦਾ, ਅਤੇ ਰਲ ਕੇ ਇਸ ਸੁਭਾਗ ਸਮਾਂ ਬਣਾਉਂਦਾ ਹੈ ਜੋ ਸਤਸੰਗੀ ਜਨ ਗੁਰੂ ਦੇ ਸਿੱਖ ਗੁਰੂ ਦੇ ਸੇਵਕ ਅਤੇ ਸਾਧ ਸੰਗਤ, ਇਹ ਮਹਾਨ ਪੁੰਨ ਹੈ। ਇਹਦੇ ਨਾਲੋਂ ਵੱਡਾ ਪੁੰਨ ਹੋਰ ਕਲਯੁਗ ਵਿੱਚ ਕਿਆ ਹੋ ਸਕਦਾ ਹੈ, ਜਦੋਂ ਕਿ ਦੁਨੀਆ ਭੁੱਲੀ ਭਟਕਦੀ ਫਿਰਦੀ ਹੈ, ਗੁਰੂ ਤੋਂ ਪਰੇ ਜਾ ਕੇ, ਪਰਮੇਸ਼ਰ ਤੋਂ ਪਰੇ ਜਾ ਕੇ ਦੁਨੀਆ ਅਗਿਆਨ ਦੇ ਵਿੱਚ ਠੋਕਰਾਂ ਖਾਂਦੀ ਫਿਰਦੀ ਹੈ। ਸੋ ਇਸ ਕਰਕੇ ਇਹੋ ਜਿਹੇ ਕਲਯੁਗ ਦੇ ਸਮੇਂ ਦੇ ਵਿੱਚ ਉਹ ਘੜੀਆਂ ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਦੀਆਂ ਪ੍ਰਾਪਤ ਹੁੰਦੀਆਂ ਹਨ, ਬਾਣੀ ਦੱਸਦੀ ਹੈ ਸਾਈ ਘੜੀ ਸੁਲੱਖਣੀ ਸੌ ਨਾਲ। 24 ਘੰਟੇ ਦੇ ਵਿੱਚੋਂ 7 ਘੰਟੇ 8 ਘੰਟੇ ਬੰਦੇ ਦੇ ਸੌਂ ਕੇ ਗੁਜ਼ਰ ਜਾਂਦੇ ਹਾਂ, ਨੀਂਦ ਵਿੱਚ ਹੀ ਗੁਜ਼ਰ ਜਾਂਦੇ ਹਨ। ਬੰਦਾ ਸੁੱਤਾ ਹੋਇਆ ਵਰਿਆਂ ਦੇ ਸਮਾਨ ਹੀ ਹੁੰਦਾ ਹੈ। ਇੱਕ ਮਹਾਂਪਰਲੋ ਹੁੰਦੀ ਹੈ, ਕਵੰਤਰਨ ਪਰਲੋ ਹੁੰਦੀ ਹੈ, ਇਹ ਨਿੱਤ ਪਰਲੋ ਹੈ, ਨਿੱਤੀ ਪਰਲੋ ਹੁੰਦੀ ਹੈ। ਜਦੋਂ ਬੰਦਾ ਸੌਂ ਜਾਂਦਾ ਉਹਨੂੰ ਆਪਣੇ ਆਪ ਦਾ ਵੀ ਨਹੀਂ ਪਤਾ ਹੁੰਦਾ, ਦੁਨੀਆ ਦਾ ਵੀ ਨਹੀਂ ਪਤਾ ਹੁੰਦਾ। ਜਦੋਂ ਬੰਦਾ ਮਰ ਜਾਂਦਾ ਹੈ ਉਹਦੇ ਵਾਸਤੇ ਫਿਰ ਦੁਨੀਆ ਰਹੇ ਜੇ ਨਾ ਰਹੇ, ਬੋਲੋ ਸਤਨਾਮ, ਉਹਦੇ ਵਾਸਤੇ ਪਰਲੋ ਹੀ ਹੋ ਗਈ। ਫਿਰ ਜਦੋਂ ਬੰਦਾ ਹੀ ਨਾ ਰਿਹਾ ਦੁਨੀਆ ਦੇ ਉੱਤੇ, ਜਦੋਂ ਮਰਨ ਉਪਰੰਤ ਇਹ ਪਰਲੋ ਹੀ ਹੈ, ਇੱਕ ਮਹਾਂਪਰਲੋ ਜਦੋਂ ਇਹ ਦੁਨੀਆ ਹੀ ਖਤਮ ਹੋ ਜਾਂਦੀ। ਅਵੰਤਰਨ ਪਰਲੋ, ਨਿੱਤ ਪਰਲੋ, ਅਤੇ ਸਤਸੰਗ ਜਦੋਂ ਬੰਦਾ ਸੌਂ ਜਾਂਦਾ ਹੈ, ਜਦੋਂ ਬੰਦਾ ਮਰ ਜਾਂਦਾ ਹੈ ਉਹਦੇ ਵਾਸਤੇ ਵੀ ਦੁਨੀਆ ਰਹੇ ਨਾ ਰਹੇ ਉਹਨੂੰ ਤਾਂ ਕੋਈ ਉਸਦਾ ਫਾਇਦਾ ਨਹੀਂ ਹੈ। ਨਿੱਤ ਪਰਲੋ ਤਾਂ ਜਦੋਂ ਬੰਦਾ ਸੌਂ ਜਾਂਦਾ, ਕਹਿੰਦੇ ਨਿੱਤ ਹੀ ਦੇਖਦਾ ਇਹ। ਸੋ ਜ਼ਿੰਦਗੀ ਦਾ ਤੀਜਾ ਹਿੱਸਾ ਤਾਂ ਨੀਂਦ ਵਿੱਚ ਹੀ ਨਿਕਲ ਜਾਂਦਾ ਹੈ। ਸਰੀਰ ਨੂੰ ਲੋੜ ਪੈਂਦੀ ਹੈ, ਆਰਾਮ ਦੀ ਲੋੜ ਹੈ। ਮੌਤ ਕੀ ਹੈ ਬਾਈ, ਕਿੰਨੇ ਦੁੱਖ ਤਕਲੀਫਾਂ ਪਾਉਂਦਾ ਹੈ ਬੰਦਾ, ਅਤੇ ਸਾਧਸੰਗ ਜਿਵੇਂ ਸਰੀਰ ਨੂੰ ਆਰਾਮ ਦੀ ਲੋੜ ਹੈ, ਇਸੇ ਤਰ੍ਹਾਂ ਆਤਮਾ ਨੂੰ ਵੀ ਆਰਾਮ ਦੀ ਲੋੜ ਪੈਂਦੀ ਹੈ। ਮਰਨਾ ਕੀ ਹੈ, ਇਹ ਵੀ ਆਤਮਾ ਦੇ ਆਰਾਮ ਦੀ ਹੀ ਲੋੜ ਹੈ, ਜ਼ਰੂਰੀ ਹੈ। ਜਿਵੇਂ ਦਿਨ ਭਰ ਦੇ ਕੰਮਾਂ ਕਾਰਾਂ ਤੋਂ ਉਪਰੰਤ ਸਰੀਰ ਨੂੰ ਆਰਾਮ ਦੀ ਲੋੜ ਹੈ, ਰੈਸਟ ਦੀ ਲੋੜ ਹੈ। ਜੀਵਨ ਭਰ ਦੇ ਕਰਮਾਂ ਦੇ ਵਿੱਚ ਦੁੱਖਾਂ ਸੁੱਖਾਂ ਵੀ ਜਿੰਦੀ ਹੋਈ ਨਿਕਲੀ, ਉਹ ਤੋਂ ਬਾਅਦ ਫਿਰ ਮੌਤ ਜੋ ਹੈ ਉਹ ਵੀ ਸਾਧ ਸੰਗਤ ਇੱਕ ਐਸੀ ਹੀ ਅਵਸਥਾ ਹੈ। ਸੋ ਪਰੰਤੂ ਜੋ ਇਹ ਸਾਨੂੰ ਜੀਵਨ ਦਾ, ਮਨੁੱਖਾ ਜਨਮ ਦਾ ਅਮੋਲਕ ਸਮਾਂ ਪ੍ਰਾਪਤ ਹੋਇਆ ਹੈ, ਵਾਹਿਗੁਰੂ ਦੀ ਬੰਦਗੀ, ਭਗਤੀ, ਸੇਵਾ, ਸਮਨ ਵਾਸਤੇ ਪ੍ਰਾਪਤ ਹੋਇਆ ਹੈ। ਗੁਰੂ ਜੀ ਦੀ ਬਾਣੀ ਦੱਸਦੀ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਹੈ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਭਜ ਹਰ ਕੀ। ਇਸ ਕਰਕੇ ਹੇ ਭਾਈ, ਹੇ ਸਤਸੰਗੀਓ, ਹੇ ਗਿਆਨ ਵਿੱਚ ਜਾਗੇ ਹੋਏ ਲੋਕੋ, ਹੇ ਗੁਰੂ ਦੇ ਪਿਆਰਿਓ, ਸੇਵਾ ਸਿਮਨ ਕਰਦੇ ਅੱਕੋ ਨਾ, ਹਰੀ ਜਸ ਕੀਰਤਨ ਕਰਦਿਆਂ ਸੁਣਦਿਆਂ ਥੱਕੋ ਨਾ, ਸੇਵਾ ਕਰਦਿਆਂ ਥੱਕੋ ਨਾ। ਇਹ ਤਾਂ ਇੱਕ ਨਸ਼ਾ ਹੈ, ਇਹ ਤਾਂ ਇੱਕ ਖੁਮਾਰੀ ਹੈ,
जे असी वाहिगुरु परमेश्वर दी याद दे विच हरी जस कीर्तन की है, वाहिगुरु परमेश्वर दी याद दे विच जुड़ना, ओदे गुणा दा गायन करना कीर्तन भगती है। एक मीरा भाई उन्हों कीर्तन भगती मिली, वो भगवान कृष्ण जी की उपाचक से उन्हां दी बाणी गुरु ग्रंथ साहिब महाराज विच दर्ज नहीं हुई। बोलो सतनाम। गुरु ग्रंथ साहिब महाराज विच मीरा भाई दी बाणी दर्ज नहीं हुई। गुरु अर्जन देव महाराज जी नूं बेनती कीती, उन्हां दी बाणी गुरु ग्रंथ साहिब महाराज विच दर्ज नहीं हो सकती कि उन्हां दी भगती सच्ची नहीं सी। गुरु अर्जन देव महाराज ने कहना कीता, भगती उन्हां दी सच्ची सी, वीरां दी भगती तां सच्ची सी, परंतु वह सरगुण दी उपाशक सी। असीं जो सिखा रहे हैं निर्गुण दी उपासना है। गुरु ग्रंथ साहिब महाराज दी बाणी निर्गुण दी उपासना सिखाउंदी है, ते मीरां सरगुण दी उपासना सी। हाँ, समां पा के उन्हां नूं गुरु घर दे विच ऐसा जन्म मिलेगा जदों उह कीर्तन भगती दीआं लहरां लगाउणगे। सो साध संगत, कीर्तन भगती एक सिमरन भगती, अरदास भगती, अरदास विच जुड़िया है। अरदास दा रूप होया कोई महाराज है ऐसे? हाँ, कोई जुड़े हुए, कोई सिमरन दे विच भुल गए अपना आपा, दुनिया नूं भुल गए, गुरु गुरु कर दे, राम राम कर दे, रब रब कर दे, रब दे विच तदाकार हो गई उन्हां दी सुरती विरती, एक रूप हो गए। बोलो सतनाम। उत्थे कोई समय दी टाइम दी कोई गिनती मिनती नहीं है। नौ तरह की भगती है, भगती तो बिना जीवन व्यर्थ है। भगती मुख है, जीवन का प्रयोजन है। भगत नवे प्रकारा पंडित वेद पुकारा, भगत नवे प्रकारा पंडित वेद पुकारा, प्रकारा पंडित वेद पुकारा, भगत नवे प्रकारा पंडित वेद पुकारा, भगत नवे प्रकारा वेद पुकारा, पंडित 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 वेद पुकारा, सब संगतां बोलिया करो भाई, तीजे इत्थे सारियां बीबियां बोलिया करो। प्रकारा पुकारा, भगत नवे प्रकारा
पंडित वेद पुकारा भगत न मैं प्रकारा भगत न मैं प्रकारा भगतन मैं प्रकारा पंडित वेद पुकारा वेदां दे अंदर शास्त्रां दे अंदर अकाल पुरख वाहिगुरु परमेश्वर दी नौ तरह की भगती दसी है भगती तो ही परमात्मा खुश हो सकता नवें प्रकारा नौ प्रकार नमस्कार करनी मत्था टेकना डंडौत करनी वंदना करनी ये नमस्कार भगती है सिमरन भगती वाहिगुरु परमेश्वर के नाम का रटन करना बारंबार प्यार दे नाल श्रद्धा दे नाल विश्वास दे नाल उचारण करना ये सिमरन भगती है बेनतियां करनिया समर्थ जान के सर्वशक्तिमान जान के ये अरदास भगती है फिर उहदे गुणा का गायन करना कोई साजां दे विच जां किसे सुरताल दे अंदर उदे गुणा दा गायन करना जस करना एक कीर्तन भगती है बोलो सतना इस तरह ही अरचान भगती है पासे भगती है सखा सखी भगती है ते अखीर नूं दस्या वे आत्म निवेदन भगती है आत्म निवेदन भगती की है अपना आपा सौंप देना बोलो सतना हे वाहिगुरु परमेश्वर जो कुछ भी है तो तेरा है मेरा मुझ में किछ नहीं जो कुछ है सो तेरा तेरा तुझको सौंपते क्या लागे मेरा भगती दो तो शुरू हुंदी है ते एक दे विच संपूर्ण हुंदी है बोलो सतनाम जदों भगत अलग है परमेश्वर अलग है कबीर जी कहिंदे ने तू तू करता तू हुआ जदों असीं पाठ करदे सिमरन करदे नितनेम करदे भाई अरदासां बेनतियां करदे कीर्तन भगती करदे कलगियां वाले पातशाह बाणी उचारण करदे तू ही करदे तू ही रूप हो गए बोलो सतनाम एक तां उहनां ने दस्सिया इह विद करत तपस्या भयो द्वै ते एक रूप है गयो ये भगती करदे द्वै तो दो तो एक रूप हो गए बोलो सतनाम दुबदा ही नहीं रही है दूसरा रूप ही नहीं रहा अपना आपा ही मिट गया मैं ही मिट गई एक तो हंकार है किसी नूं बड़ा हंकार है एक फिर मैं है फिर हौली 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 अंतशकरण दे विचों भी ज्योति ज्योत रली संपूर्ण थी आराम जिहड़ी ज्योत है वह परमात्मा दे विच ही मिल गई ज्यों जल मैं जल आए खटाना त्यों ज्योति संग ज्योत समाम यह है सासन आत्म निवेदन भगति कबीर जी कहते हैं तू तू करता तू हुआ उस अवस्था का जिक्र किया है भगती दो तो शुरू होंगी एक विच समाप्त होंगी है पूर्ण होंगी है मिल एक वाहिगुरु परमेश्वर दे विच ऐसे तरह जो असी सास संगत संगत विच आवांगे सेवा करांगे बेनतियां करांगे गुरु वाले बणांगे फिर नितनेम करांगे फिर नितनेम बधावांगे सिमरन करांगे सिमरन बधावांगे सहजे 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 करदे 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 सास जिहड़ा सेवक है बाणी दसदी है तू तू करता तू पया तू तू करता तू पया तू करता मुझ में रहना हो मुझ में रहना हो
करता तू है, क्यों तू करता तू प्यार। आपा परका मिट गया, अपना पराया खत्म हो गया। रविदास जी महाराज कहते हैं, जब हम होते तब तू नाही, अब तू ही मैं नाही। अनल अगम जैसे लहर, मैं ओदत जल केवल जल माही। जिमें पानी दिया लहर, पानी भी चो उठ दिया हन, पानी दा रूप हुंदिया हन, तो पानी च ही समा जांदिया हन। बोलो सतनाम। है सी सारे वाहिगुरु परमेश्वर दी अंश, परमात्मा दी अंश हाँ, ते अपने आप नूं वखरा अनुभव करदे हाँ, ते अड हो गए हाँ, अलग स्वरूप अपना समझदे हाँ। ये आत्मा दे उत्ते पर्दा पै गया। बोलो सतना। ये पंज कोश मन्ने गए ने, शरीर में कोश, प्राण में कोश, अन्न में कोश। कोश नाम है परदे दा, कोश नाम है जिमें श्री साहब दा तलवार दा एक म्यान हुंदा है। ऐसे तरह आत्मा दे उत्ते ए सास संगत परम जो पैदा पै हो गए हन, ते शरीर रूपी परदा, सूक्ष्म शरीर रूपी, कारण शरीर रूपी, ते सास संगत ए परदे पै गए हन जो सिमरन द्वारा दूर होणगे। बोलो सतना। इस करके सानू गुरु कोले जाना पवेगा, सानू सत्संग करनी पवेगी, सेवा करके, सिमरन करके, कीर्तन भगती द्वारा ये जड़ा है दूर हुंदा है। फिर ये सत्संग भगती की अवस्था है, तू तू करता तू पया। सो इस करके बाकी दूसरे लाभ जड़े पहला जो परमेश्वर विच ही मिल गया, परमेश्वर का ही रूप हो गया, फिर असी दुखी हो रहे हाँ, जमन मरण च पए हुए हाँ, बाणी ऐसा दसदी है। सुख नाही रे हर भगत बिना, सुख नाही रे हरि भगत बिना, सुख नाही रे नाही रे नहीं रे हरि भगत बिना, नहीं रे हरि भगत बिना, नहीं रे सुख नहीं रे
तन दुखी कोई मन दुखी कोई चिंता चित उदास थोड़े बहुते सब दुखी सुखी हरि के दास सुख नाहीं रे हर भगत बिना दुखां दा कारण की है किन्ने दुख तकलीफ असि कदे किसे नूं कारण मिथदे आ वे ओहदे करके मैनूं दुख हो गया ओहने मैनूं दुख देता गुरु महाराज जी कहंदे नूं दुख दा कारण अज्ञान है बोलो सतनाम अज्ञान भगती तो बिना दूर नहीं होना गुरु तो बिना दूर नहीं होना सिमरन तो बिना दूर नहीं होना भगत ध्रुव जी नूं जदों दुख होया बेनती कीती अपनी मां नूं ए मां मैनू ये दुख एडा वड्डा दुख क्यों आके दसदा है कि भाई गुरदास जी लिखदे ध्रुव हसदा कर आया कर प्यार प्योकू छड़ लीता प्यार दे विच लाड़ दे विच चुक लिया गुलवकड़ी विच लै लिया कुछड़ विच चुक लिया पिता ने लाड़ कीता जिवें कोई भी माता पिता अपने बच्चे नूं लाड़ प्यार करदे हन इसे तरह ध्रुव हसदा हसदा बड़ी खुशी खुशी खेड़दा होया बच्चां दे विच जदों अपने पिता कोले आया सिंघासन ते बैठे सन उन्हां ने चुक के गोद विच लै लिया प्यार कीता होया कि ते सास संगत बाहों पकड़ उठा लिया मन विच रोस मतरेई कीता मतरेई मां आ गई ते उन्हें बाहों पकड़ के बाह तो फड़ के गोदी विचों बाहर सुट दिता गोदी विचों बाहर कढ दिता बोलो सतनाम एक दो चपेड़ां भी लगा दतियां ये तैनूं इत्थे बैठण दा की हक है तू इत्थे क्यों बैठा है चल निकल बाहर उठ बाहर ओ राजा अवतान पात उस स्त्री दे अनुसार चलन वाला सीगा कुछ नहीं कहा कुछ नहीं बोलिया कोई इतराज नहीं कीता वे हाँ ये भी मेरा बेटा है चुप ही कर गया बोलो सतनाम ऐसा भाई गुरदास जी दसदे हन मन विच रोस मतरेई कीता बाहों पकड़ उठा लिया मन विच रोस मतरेई कीता बाहों पकड़ उठा लिया कीता बाहों पकड़ उठा लिया रोस मतरेई कीता मन विच रोस मतरेई कीता पकड़ उठा लिया मन विच रोस मतरेई कीता पकड़ उठा लिया रोस मतरेई कीता मन विच रोस मतरेई कीता बाहों पकड़ उठा लिया मन विच रोस मतरेई कीता बाहों पकड़ उठा लिया बाहों पकड़ उठा लिया रोस मतरेई कीता बाहों पकड़ उठा लिया मन विच रोस मतरेई कीता मतरेई मां सी
ਪਰੰਤੂ ਸਾਧ ਸੰਗਤ ਮਾਂ ਦਾ ਪਿਆਰ ਹੁਣ ਦੂਸਰੀਆਂ ਮਾਵਾਂ ਤੋਂ ਘੱਟ ਹੀ ਮਿਲਦਾ ਹੈ। ਜੇ ਕਿਤੇ ਐਸਾ ਕੋਈ ਹੋ ਜਾਏ ਬੱਚੇ ਨਾਥ ਹੋ ਜਾਣ, ਸਾਰੀਆਂ ਮਾਵਾਂ ਮਤਰੀਆਂ ਬੁਰੀਆਂ ਨਹੀਂ ਹੁੰਦੀਆਂ, ਪਰੰਤੂ ਜ਼ਿਆਦਾਤਰ ਸਾਧ ਸੰਗਤ ਜੋ ਪਿਆਰ ਮਾਤਾ ਤੋਂ ਬੱਚਿਆਂ ਨੂੰ ਮਿਲਦਾ ਹੈ ਉਹ ਨਹੀਂ ਦੂਸਰੇ ਤੋਂ ਮਿਲਦਾ। ਉਹਨੇ ਪਕੜ ਕੇ ਸਾਸ ਗੋਦੀ 'ਚੋਂ ਕੱਢ ਦਿੱਤਾ, ਇੱਕ ਦੋ 'ਚ ਪੇੜਾਂ ਵੀ ਲਗਾ ਦਿੱਤੀਆਂ। ਭਾਈ ਗੁਰਦਾਸ ਜੀ ਲਿਖਦੇ ਨੇ, ਡੱਡੋ ਲੁੱਕਾ ਮਾਂ ਪੁੱਛਾ ਤੂੰ ਸਵਾਣੀ ਹੈ ਕਿ ਸਰੀਤਾ, ਕਹਿਣਾ ਕੀਤਾ ਜਾ ਤੂੰ ਗੋਲੀ ਦਾ ਪੁੱਤਰ ਹੋ ਕੇ ਇੱਥੇ ਬੈਠਣ ਦਾ ਹੱਕਦਾਰ ਨਹੀਂ ਹੈ। ਮੈਂ ਮਹਾਰਾਣੀ ਹਾਂ, ਉਹ ਮਹਾਰਾਣੀ ਨਹੀਂ ਹੈ। ਹੈ ਤਾਂ ਦੋਵੇਂ ਭੈਣਾਂ ਸਨ, ਪਰੰਤੂ ਸੱਸ ਸੁਭਾਅ ਅੱਡ ਅੱਡ ਸਨ। ਇੱਕੋ ਮਾਂ ਦੇ ਪੇਟ ਤੋਂ ਜੰਮੇ ਹੋਏ ਬੱਚਿਆਂ ਦਾ ਸੁਭਾਅ ਅੱਡ ਅੱਡ ਹੋ ਜਾਂਦਾ। ਉਹਦਾ ਸੁਭਾਅ ਦੂਸਰਾ ਸੀ ਅਤੇ ਧਰੂ ਦੀ ਮਾਂ ਦਾ ਸੁਭਾਅ ਸਾਧ ਸੰਗਤ ਭਗਤੀ ਭਾਵ ਵਾਲਾ ਸੀ, ਸੇਵਾ ਸਿਮਰਨ ਵਾਲਾ ਸੀ, ਸੁਹਾਗਣਾ ਵਾਲਾ ਸੀ ਉਸਦਾ ਸੁਭਾਅ। ਅਤੇ ਸਾਧ ਸੰਗਤ ਇਹ ਮਾਂ ਦੀ ਹੀ ਪ੍ਰੇਰਨਾ ਸੀ। ਜਿਹੜਾ ਸਾਧ ਸੰਗਤ ਧਰੂ ਭਗਤ 5 ਸਾਲ ਦੀ ਉਮਰ ਦੇ ਵਿੱਚ ਅਟਲ ਪਦਵੀ ਪ੍ਰਾਪਤ ਕੀਤੀ, ਬੋਲੋ ਸਤਨਾਮ। ਜੇ ਅੱਜ ਸਾਧ ਸੰਗਤ ਪੰਜਾਬ ਦੀ ਧਰਤੀ 'ਤੇ ਹੀ ਬੱਚੇ ਨਸ਼ਿਆਂ ਦੇ ਵਿੱਚ ਪੈ ਗਏ ਹਨ, ਕੇਸਾਂ ਦੀ ਵਿਧਵੀ ਕਰ ਰਹੇ ਹਨ, ਅੰਮ੍ਰਿਤ ਛਕਣ 'ਤੇ ਇਨਕਾਰੀ ਨੇ, ਸਤਸੰਗ ਕਰਦੇ ਨਹੀਂ ਹਨ, ਇਸ ਦਾ ਕਸੂਰ ਜਿੱਥੇ ਸਾਧ ਸੰਗਤ ਉਹਨਾਂ ਬੱਚਿਆਂ ਦਾ, ਨੌਜਵਾਨਾਂ ਦਾ ਹੈ, ਉਸ ਤੋਂ ਵੀ ਵੱਧ ਕਸੂਰ ਸਾਧ ਸੰਗਤ ਉਹਨਾਂ ਦੀਆਂ ਮਾਵਾਂ ਦਾ ਹੈ। ਬੋਲੋ ਸਤਨਾਮ। ਮਾਂ ਦਾ ਕਸੂਰ, ਪਿਤਾ ਦਾ ਕਸੂਰ, ਉਹ ਵੀ ਇਸ ਦੇ ਹੱਕਦਾਰ ਹਨ ਕਸੂਰ ਦੇ। ਬੋਲੋ ਸਤਨਾਮ। ਜੇ ਕੋਈ ਬੇਟਾ ਕੋਈ ਚੰਗੇ ਅਹੁਦੇ 'ਤੇ ਚੱਲਿਆ ਜਾਂਦਾ, ਕੋਈ ਅਫਸਰ ਬਣ ਜਾਂਦਾ, ਕੋਈ ਵੱਡਾ ਬਣ ਜਾਂਦਾ, ਉਹਦੇ ਵਿੱਚ ਹੱਥ ਮਾਤਾ ਪਿਤਾ ਦਾ ਹੁੰਦਾ। ਬੋਲੋ ਸਤਨਾਮ। ਕਿਉਂਕਿ ਬੁਰੀ ਉਹਦੇ ਵਿੱਚ ਪੈ ਜਾਂਦਾ, ਲਾਡ ਪਿਆਰ ਦੇ ਵਿੱਚ ਬੱਚਿਆਂ ਨੂੰ ਵਿਗਾੜ ਦਿੰਦੇ ਹਨ, ਤਾਂ ਮਾਤਾ ਪਿਤਾ ਦਾ ਕਸੂਰ ਮੰਨਿਆ ਜਾਂਦਾ ਹੈ। 5 ਸਾਲ ਤੱਕ ਤਾਂ ਵੈਸੇ ਹੀ ਜੇ ਕੋਈ ਬੱਚਾ ਪਾਪ ਕਰਦਾ ਤਾਂ ਉਹ ਮਾਤਾ ਪਿਤਾ ਨੂੰ ਲੱਗਦਾ। ਬੋਲੋ ਸਤਨਾਮ। ਜੋ 5 ਸਾਲ ਤੱਕ ਉਸਨੂੰ ਕੋਈ ਪਾਪ ਦਾ ਪਤਾ ਨਹੀਂ ਹੁੰਦਾ, ਉਦੋਂ ਤੱਕ ਜਿੰਨਾ ਚਿਰ ਸੋਝੀ ਨਹੀਂ ਸੰਭਲ ਜਾਂਦਾ, ਉਨਾ ਚਿਰ ਉਹਦੇ ਪਾਪ ਪੁੰਨ ਦੇ ਜੋ ਜ਼ਿੰਮੇਵਾਰ ਹਨ ਉਹ ਮਾਤਾ ਪਿਤਾ ਹੋਇਆ ਕਰਦੇ ਨੇ। ਬੋਲੋ ਸਤਨਾਮ। ਇੱਕ ਛੋਟੇ ਜਿਹੇ ਬੱਚੇ ਨੇ ਸਾਧ ਸੰਗਤ ਇੱਕ ਰਿਸ਼ੀ ਨੂੰ ਸੂਲੀ 'ਤੇ ਚੜ੍ਹਨਾ ਪੈ ਗਿਆ। ਬੋਲੋ ਸਤਨਾਮ। ਬਿਨਾਂ ਹੀ ਕਾਰਨ ਤੋਂ ਸੂਲੀ 'ਤੇ ਚੜ੍ਹਾ ਦਿੱਤਾ, ਧਰਮਰਾਜ ਦੇ ਪੇਸ਼ ਹੋਇਆ, ਕਹਿਣਾ ਕੀਤਾ ਵੀ ਮੈਨੂੰ ਸੂਲੀ, ਮੈਂ ਬੰਦਗੀ ਭਗਤੀ ਕਰਦਾ ਹੋਇਆ ਮੈਨੂੰ ਸੂਲੀ ਦੀ ਸਜ਼ਾ ਮਿਲੀ, ਮੈਂ ਇਹੋ ਜਿਹਾ ਕਿਆ ਪਾਪ ਕੀਤਾ, ਮੈਂ ਤਾਂ ਪਿਛਲੇ ਦਿਵ ਦ੍ਰਿਸ਼ਟੀ ਤੱਕ ਜਨਮਾਂ ਸੈਕੜੇ ਜਨਮਾਂ ਤੱਕ ਦੇਖ ਚੁੱਕਾ ਹਾਂ, ਮੈਂ ਇਹੋ ਜਿਹਾ ਕੋਈ ਗੁਨਾਹ ਹੀ ਨਹੀਂ ਕੀਤਾ। ਬੋਲੋ ਸਤਨਾਮ। ਧਰਮਰਾਜ ਕਹਿੰਦਾ ਬਈ ਇਹ ਤੋਂ ਵੀ ਅੱਗੇ ਜਨਮ ਦੇ ਵਿੱਚ ਤੁਸੀਂ ਇੱਕ ਟਿੱਡੇ ਨੂੰ ਪਕੜ ਕੇ, ਜਿਵੇਂ ਭਮੀਰੀਆਂ ਉੱਡਦੀਆਂ ਹੁੰਦੀਆਂ ਨੇ, ਬੱਚੇ ਪਕੜ ਲੈਂਦੇ ਹਨ, ਲੱਤਾਂ ਨੂੰ ਬੰਨ ਕੇ ਧਾਗੇ ਉਡਾਉਂਦੇ ਹਨ, ਸਾਡੇ ਜਹਾਜ਼ ਜਾਂਦੇ ਹਨ, ਅਤੇ ਪਰੰਤੂ ਤੈਨੂੰ ਕੀ ਸੂਝੀ, ਤੂੰ ਇੱਕ ਸੂਲ ਤੋੜ ਕੇ ਉਹਦੇ ਢਿੱਡ 'ਚ ਉਹਨੂੰ ਕੱਢਤੀ। ਬੋਲੋ ਸਤਨਾਮ। ਜਿੰਨੇ ਵੀ ਜੀਵ ਹਨ ਪਰਮਾਤਮਾ ਨੂੰ ਸਾਰੇ ਹੀ ਪਿਆਰੇ ਨੇ। ਬੋਲੋ ਸਤਨਾਮ। ਜਿੰਨੇ ਵੀ 84 ਲੱਖ ਜੂਨ ਹੈ ਪਰਮਾਤਮਾ ਦੇ ਬੱਚੇ ਹੀ ਹਨ, ਜਿੱਥੇ ਅਸੀਂ ਮਾਨਸ ਜਾਤੀ ਹੈ ਇੱਕ ਪਿਤਾ ਇੱਕ ਸਕੇ ਹਾਂ, ਹੋਰ ਪਸ਼ੂ ਪੰਛੀ ਜੀਵ ਜੰਤੂ ਜਿਤਨੇ ਹਨ ਇਹ ਪਰਮਾਤਮਾ ਦੇ ਹੀ ਨੇ। ਬੋਲੋ ਸਤਨਾਮ। ਜੇ ਅਸੀਂ ਉਹਨਾਂ ਨੂੰ ਦੁੱਖ ਦਿੰਦੇ ਹਾਂ, ਜਾਨਵਰਾਂ ਪਸ਼ੂਆਂ ਪੰਛੀਆਂ ਨੂੰ ਵੀ ਦੁੱਖ ਦਿੰਦੇ ਹਾਂ, ਉਹ ਵੀ ਪਰਮਾਤਮਾ ਨੂੰ, ਪਰਮਾਤਮਾ ਦੇ ਬੱਚਿਆਂ ਨੂੰ ਦੁੱਖ ਦੇਣਾ ਹੈ। ਬੋਲੋ ਸਤਨਾਮ। ਇਸ ਕਰਕੇ ਕਹਿੰਦੇ ਤੈਨੂੰ ਹੁਣ ਇਹ ਤੂੰ ਗੁਨਾਹ ਕੀਤਾ, ਇਹ ਪਾਪ ਕੀਤਾ ਵੀ ਸੂਲ ਜਿਹੜੀ ਹੈ ਉਹਦੇ ਢਿੱਡ 'ਚ ਉਹਨੂੰ ਕੱਢ ਦਿੱਤੀ, ਉਹਦੀ ਤੈਨੂੰ ਸਜ਼ਾ ਮਿਲੀ ਹੈ। ਬੋਲੋ ਸਤਨਾਮ। ਕਹਿੰਦਾ ਬਈ ਮੇਰੀ ਉਮਰ ਕਿੰਨੀ ਸੀ ਉਦੋਂ? ਕਹਿੰਦੇ 5 ਸਾਲ ਦੀ। ਕਹਿੰਦੇ ਤੈਨੂੰ ਇੰਨਾ ਨਹੀਂ ਪਤਾ ਧਰਮਰਾਜ ਹੋ ਕੇ, ਤੈਨੂੰ ਇਤਨੀ ਗਿਆਤ ਨਹੀਂ ਹੈ ਵੀ 5 ਸਾਲ ਤੱਕ ਜੋ ਕੀਤਾ ਹੋਇਆ ਪਾਪ ਜਾਂ ਪੁੰਨ ਹੈ ਉਹ ਬੱਚੇ ਦਾ ਉਹ ਮਾਤਾ ਪਿਤਾ ਨੂੰ ਲੱਗਦਾ। ਬੋਲੋ ਸਤਨਾਮ। ਤੂੰ ਵੀ ਗੁਨਾਹਗਾਰ ਹੈ। ਬੋਲੋ ਸਤਨਾਮ। ਤੂੰ ਮੈਨੂੰ ਨਾਹਕ ਸਜ਼ਾ ਦਿੱਤੀ ਹੈ, ਤੈਨੂੰ ਵੀ ਪਤਾ ਚੱਲੇ ਜਾ ਕੇ ਦੁਨੀਆਂ ਦੇ ਉੱਤੇ ਜਨਮ ਲੈ, ਤੈਨੂੰ ਪਤਾ ਚੱਲੇ
तू भी तेनू भी सजा मिलेगी। बोलो सतनाम। वाहिगुरु परमेश्वर ता सुप्रीम है। बाकी शक्तियां जितनिया भी ड्यूटियां करन वाले हन परमात्मा दी ड्यूटियां लाइया ने। जे उस विच भी कोई गुनाह करता है जां उस दे विच कोई अणगहली करता तां ओह भी दोषी मन्या जांदा। बोलो सतनाम। जदों कलयुग दा मिलाप गुरु नानक पातशाह दे नाल होया महाराज ने ऐसा रूप धारिया भाई, कहिंदा हां मैं ऐसा ही रूप है मेरा, ते दुनिया नूं मैं इन्हां रसां दे विच पा के छड्डूंगा। बोलो सतनाम। इंद्री दा रस, जवान दा रस, ये दो रसां दे विच मस्त हो जूगी दुनिया। बोलो सतनाम। कोई परमात्मा दा नाम जपना बिल्कुल दूर दी गल हो जाएगी। गुरु नानक मैं सारी दुनिया नूं पापां दे रंग विच रंग दूंगा। गुरु नानक पातशाह कहणगे तां भाई पाप है तो गलत है, कहिंदा जी मेरी ड्यूटी अकाल पुरख ने लाई हुई है। बोलो सतनाम। गुरु नानक जी कहन लगे ठीक है जो ड्यूटी है वो ता करनी चाहिंदी है, ये प्रीख्या भी हुंदी है भगत दी। बोलो सतनाम। ये साड़ी प्रीख्या भी है जो असीं दुनिया दे उत्ते आए हुए हां भाई। बरियाई जिहड़ी है थानू रोकदी है, जदों तुसीं गुरुद्वारे जांदे हो संगत विच जांदे हो, जे थानू रोक पैंदी है जे थानू टोक पैंदी है समझ लो थोड़ा इम्तिहान है। बोलो सतनाम। ये थोड़ी भगती विच नितनेम दे विच सिमरन दे विच सेवा सिमरन दे विच थानू कोई विघन पैंदा है। पहला ता सेवक कौन है, सिख कौन है। हर वेले त्यार जी गुरसिख गुर सेवा दे लई, हर वेले त्यार जी गुरसिख गुर सेवा दे लई, गुरसिख गुर सेवा दे लई।
ਜੋ ਅੱਠੇ ਪੈਰ ਸੇਵਾ ਕਰਨ ਦੇ ਲਈ ਜਿਸ ਦਾ ਮਨ ਚਿੱਤ ਤਤਪਰ ਰਹਿੰਦਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੀ ਸੰਗਤ ਦੀ ਸੇਵਾ, ਗੁਰੂ ਦੀ ਸੇਵਾ ਸਾਧ ਸੰਗਤ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ, ਉਸਦੇ ਮਨ ਵਿੱਚ ਹਮੇਸ਼ਾ ਹੀ ਸੇਵਾ ਦਾ ਚੌਅ ਬਣਿਆ ਰਹਿੰਦਾ। ਬੋਲੋ ਸਤਨਾਮ। ਇਹਨੇ ਵੀ ਕੁਛ ਸਮਾਂ ਸੇਵਾ, ਉਹਦੇ ਮਨ ਵਿੱਚ ਹਮੇਸ਼ਾ ਹੀ ਕਿਸੇ ਵੀ ਸਮੇਂ ਲੋੜ ਹੈ। ਜੇ ਕੋਈ ਬਹਾਨੇ ਕਰਦਾ, ਨਹੀਂ ਮੇਰੇ ਕੋਲ ਟਾਈਮ ਨਹੀਂ, ਮੇਰੇ ਕੋਲ ਸਮਾਂ ਨਹੀਂ ਆ, ਚੱਲ ਫਿਰ ਸਹੀ, ਐਂ ਸਹੀ, ਥੋੜ੍ਹੀ ਸੇਵਾ ਪਾ ਲਓ, ਫਿਰ ਕਰ ਲਾਂਗੇ ਫਲਾਣਾ, ਵਾ ਉਹ ਹਰ ਸਮੇਂ ਤਿਆਰ ਸੇਵਕ ਨਹੀਂ ਹੈ। ਬੋਲੋ ਸਤਨਾਮ। ਜਿਸ ਦੇ ਮਨ ਵਿੱਚ ਹਮੇਸ਼ਾ ਹੀ ਚੌਅ ਬਣਿਆ ਰਹਿੰਦਾ ਹੈ, ਸੇਵਾ ਮਿਲ ਜਾਏ, ਜਿੰਨੀ ਸੇਵਾ ਕਰ ਲਵਾਂ ਉਨੀ ਥੋੜ੍ਹੀ ਹੈ, ਉਹ ਹੈ ਸੇਵਕ। ਬੋਲੋ ਸਤਨਾਮ। ਸੋ ਸਾਧ ਸੰਗਤ, ਪਰੰਤੂ ਜੇ ਹੁਣ ਵਿੱਚ ਵਿਘਨ ਪੈਂਦਾ ਹੈ, ਕੋਈ ਸੇਵਾ 'ਚ ਵਿਘਨ ਪੈ ਜਾਂਦਾ, ਸੇਵਾ ਤੁਸੀਂ ਸੰਗਤ ਵੱਲ ਜਾਂਦੇ ਹੋ, ਗੁਰੂ ਵੱਲ ਚੱਲਦੇ ਹੋ, ਵਿਘਨ ਪੈਂਦਾ, ਕਈ ਵਾਰ ਦੁੱਖ ਤਕਲੀਫ ਸਤਾਉਂਦੀ ਹੈ, ਸਮਝ ਲਓ ਇਹ ਇਮਤਿਹਾਨ ਹੈ। ਬੋਲੋ ਸਤਨਾਮ। ਜਦੋਂ ਵੀ ਰੋਕ ਪਵੇ, ਨਾ ਟੋਕ ਪਵੇ, ਸਮਝ ਲਓ ਇਹ ਇਮਤਿਹਾਨ ਹੈ। ਅਤੇ ਜਿਹੜਾ ਲਾਇਕ ਬੱਚਾ ਉਹ ਇਮਤਿਹਾਨ 'ਚ ਪਾਸ ਹੁੰਦਾ, ਜਿਹੜਾ ਨਲਾਇਕ ਹੁੰਦਾ ਉਹ ਫੇਲ ਹੋ ਜਾਂਦਾ। ਬੋਲੋ ਸਤਨਾਮ। ਗੁਰੂ ਨਾਨਕ ਪਾਤਸ਼ਾਹ ਨੇ ਕਹਿਣਾ ਕੀਤਾ, ਕਲਯੁਗ ਜਿੰਨੀ ਡਿਊਟੀ ਹੈ ਉਨੀ ਤਾਂ ਤੂੰ ਕਰ, ਚੰਗਿਆਈ ਦੇ ਨਾਲ ਉਸਨੇ ਵਾਹਿਗੁਰੂ ਨੇ ਵਰਿਆਈ ਕਿਉਂ ਪੈਦਾ ਕੀਤੀ ਹੈ। ਬੋਲੋ ਸਤਨਾਮ। ਪਰਮਾਤਮਾ ਨੇ ਖੇਡ ਰਚੀ ਹੈ ਸੰਸਾਰ ਦੀ, ਜਿੱਥੇ ਗੁਰਮੁਖ ਪੈਦਾ ਕੀਤੇ ਨੇ ਉੱਥੇ ਮਨਮੁਖ ਵੀ ਹੈ, ਤਾਂ ਬਾਣੀ ਕਹਿੰਦੀ ਉਸੇ ਨੇ ਪੈਦਾ ਕੀਤੇ ਨੇ। ਬੋਲੋ ਸਤਨਾਮ। ਚੰਗਿਆਈ ਪੈਦਾ ਕੀਤੀ ਹੈ, ਵਰਿਆਈ ਪੈਦਾ ਕੀਤੀ ਹੈ। ਸਟੇਜ ਦੇ ਉੱਤੇ ਦੋ ਪਾਤਰ ਸਾਧ ਸੰਗਤ ਆਪਣਾ ਪਾਠ ਅਦਾ ਕਰਦੇ ਹਨ, ਇੱਕ ਚੰਗਾ ਕਰਦਾ, ਇੱਕ ਮਾੜਾ ਕਰਦਾ। ਬੋਲੋ ਸਤਨਾਮ। ਅਕਾਲ ਪੁਰਖ ਦਾ ਸ਼ੁਕਰ ਕਰਿਆ ਕਰੋ, ਸਤਿਗੁਰਾਂ ਨੇ ਸਾਨੂੰ ਬੜਾ ਚੰਗਾ ਪਾਠ ਦਿੱਤਾ। ਬੋਲੋ ਸਤਨਾਮ। ਸਾਨੂੰ ਮਨਮੁੱਖਾਂ ਵਾਲਾ ਪਾਠ ਹੈ ਤਾਂ ਸਾ ਹੁਣ ਹਰਨਾਕਸ਼, ਰਾਵਣ, ਦੁਰਯੋਧਨ ਇਹਨਾਂ ਨੇ ਬੁਰਾ ਪਾਠ ਕੀਤਾ। ਬੋਲੋ ਸਤਨਾਮ। ਉਹਨਾਂ ਨੂੰ ਤਰਕਾਰਾਂ ਪੈਂਦੀਆਂ ਹਨ, ਹੈ ਉਹਨਾਂ ਦੇ ਕਰਮਾਂ ਦੇ ਮੁਤਾਬਕ ਹੀ। ਅਤੇ ਦੂਸਰੇ ਪਾਸੇ ਜਿਨ੍ਹਾਂ ਨੇ ਚੰਗਾ ਪਾਠ ਅਦਾ ਕੀਤਾ, ਚੰਗੀ ਡਿਊਟੀ ਅਦਾ ਕੀਤੀ, ਉਹਨਾਂ ਨੂੰ ਨਮਸਕਾਰਾਂ ਹੁੰਦੀਆਂ ਨੇ। ਬੋਲੋ ਸਤਨਾਮ। ਸੋ ਅਕਾਲ ਪੁਰਖ ਦਾ ਸ਼ੁਕਰ ਕਰਿਆ ਕਰੋ ਭਾਈ, ਸਾਨੂੰ ਪਰਮਾਤਮਾ ਨੇ ਚੰਗੇ ਬਣਾਇਆ ਹੈ, ਸਾਨੂੰ ਪਰਮਾਤਮਾ ਨੇ ਚੰਗਾ ਪਾਠ ਅਦਾ ਕਰਨ ਵਾਸਤੇ ਸੰਸਾਰ ਦੀ ਸਟੇਜ ਦੇ ਉੱਤੇ ਭੇਜਿਆ ਹੈ। ਬੋਲੋ ਸਤਨਾਮ। ਦੁਨੀਆਂ ਦੀ ਸਟੇਜ ਹੈ ਭਾਈ, ਇਹ ਸੰਸਾਰ ਰੂਪੀ ਸਟੇਜ ਹੈ, ਜਿੱਥੇ ਜੀਵ ਆਤਮਾ ਆਪਣਾ ਆਪਣਾ ਪਾਠ ਅਦਾ ਕਰਦੀਆਂ ਨੇ। ਬੋਲੋ ਸਤਨਾਮ। ਅਕਾਲ ਪੁਰਖ ਦਾ ਸ਼ੁਕਰ ਕਰਿਆ ਕਰੋ, ਗੁਰੂ ਨਾਨਕ ਜੀ ਨੇ ਕਹਿਣਾ ਕੀਤਾ, ਠੀਕ ਹੈ ਤੇਰੀ ਇਹ ਡਿਊਟੀ ਲਗਾਈ ਹੈ, ਉਸਨੇ ਮੌਤ ਵੀ ਬਣਾਈ ਹੈ, ਬਿਮਾਰੀ ਵੀ ਬਣਾਈ ਹੈ, ਜੰਮਣਾ ਵੀ ਬਣਾਇਆ, ਮਰਨਾ ਵੀ ਬਣਾਇਆ, ਦੁੱਖ ਵੀ ਬਣਾਇਆ, ਸੁੱਖ ਵੀ ਬਣਾਇਆ। ਬੋਲੋ ਸਤਨਾਮ। ਸੋ ਸਾਧ ਸੰਗਤ, ਗੁਰੂ ਨਾਨਕ ਜੀ ਨੇ ਕਹਿਣਾ ਕੀਤਾ, ਜੇ ਤੂੰ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਹੋ ਕੇ ਚੱਲੇਗਾ, ਫਿਰ ਤੈਨੂੰ ਵੀ ਸਜ਼ਾ ਮਿਲੇਗੀ ਕਲਯੁਗ। ਬੋਲੋ ਸਤਨਾਮ। ਫਿਰ ਤੈਨੂੰ ਵੀ ਸਜ਼ਾ ਮਿਲੇਗੀ, ਡਿਊਟੀ ਕਰਨੀ ਵੱਖਰੀ ਗੱਲ ਹੈ। ਤੂੰ ਯਾਦ ਰੱਖੀ, ਸਾਡੀ ਵੀ ਡਿਊਟੀ ਅਕਾਲ ਪੁਰਖ ਨੇ ਲਾ ਕੇ ਭੇਜਿਆ ਹੈ। ਬੋਲੋ। ਤੂੰ ਪਾਪਾਂ ਦੇ ਰੰਗ ਵਿੱਚ ਰੰਗਣ ਨੂੰ ਦੁਨੀਆਂ ਫਿਰਦਾ ਹੈ। ਗੁਰੂ ਨਾਨਕ ਜੀ ਨੇ ਕੀ ਕੀਤਾ ਹੈ, ਸਤਿਗੁਰਾਂ ਨੇ ਕੀ ਕੀਤਾ, ਕਲ ਯੁਗ ਮੈਂ ਸਤਯੁਗ ਵਰਤਾਇਓ, ਕਲ ਯੁਗ ਦੇ ਅੰਦਰ ਸਤਯੁਗ ਲਾਤਾ। ਬੋਲੋ ਸਤਨਾਮ। ਗੁਰੂ ਨਾਨਕ ਪਾਤਸ਼ਾਹ ਨੇ ਕਲ ਯੁਗ ਦੇ ਅੰਦਰ ਸਤਯੁਗ ਲਾਤਾ, ਜਿੱਥੇ ਸੰਗਤ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਗੁਰੂ ਹੈ, ਬਾਣੀ ਹੈ, ਸੇਵਾ ਸਿਮਰਨ ਹੈ, ਹਰੀ ਜਸ ਕੀਰਤਨ ਹੈ, ਉਹ ਸਤਯੁਗ ਹੈ। ਬੋਲੋ ਸਤਨਾਮ। ਜਿੱਥੇ ਇਹ ਯੁਗ
ਦਾ ਆਪਣਾ ਆਪਣਾ ਪ੍ਰਭਾਵ ਹੁੰਦਾ ਹੈ, ਚੱਲਦੇ ਹਨ। ਹੁਣ ਕਲਯੁਗ ਦਾ ਸਮਾਂ, ਸਤਯੁਗ ਦਾ ਵੀ ਸਮਾਂ ਸੀ, ਤ੍ਰੇਤੇ ਦਾ, ਦੁਆਪਰ ਦਾ ਵੀ ਸਮਾਂ ਸੀ, ਪਰੰਤੂ ਨਾਲ ਦੀ ਨਾਲ ਕਲਯੁਗ ਦੇ ਵਿੱਚ ਸਤਯੁਗ, ਸਤਯੁਗ ਵਿੱਚ ਕਲਯੁਗ ਨਾਲ ਐਂ ਵੀ ਚੱਲਦੇ ਨੇ। ਬੋਲੋ ਸਤਨਾਮ। ਚੰਗਿਆਈ ਦੇ ਨਾਲ ਬੁਰਿਆਈ, ਬੁਰਿਆਈ ਦੇ ਨਾਲ ਚੰਗਿਆਈ। ਸੋ ਸਤਯੁਗ ਵਿੱਚ ਸਾਰੇ ਬੰਦੇ ਤਾਂ ਨਹੀਂ ਚੰਗੇ ਸੀ, ਵਿੱਚ ਬੁਰਿਆਈ ਵੀ ਸੀ। ਬੋਲੋ ਸਤਨਾਮ। ਸੋ ਗੁਰੂ ਨਾਨਕ ਜੀ ਨੇ ਕਹਿਣਾ ਕੀਤਾ, ਸਮਾਂ ਆਉਣ ਤੇ ਤੇਰੀ ਮੌਤ, ਤੇਰਾ ਅੰਤ ਸਾਡੇ ਹੱਥੋਂ ਹੀ ਹੋਊਗਾ। ਬੋਲੋ। ਤੈਨੂੰ ਵੀ ਦਰਗਾਹ ਵਿੱਚ ਲੇਖਾ ਦੇਣਾ ਪਊਗਾ। ਬੋਲੋ ਸਤਨਾਮ। ਸੋ ਧਰਮ ਰਾਜ ਵੀ ਕਿਉਂ ਨੇ ਹੋ ਗਿਆ, ਧਰਮ ਰਾਜ ਨੂੰ ਵੀ ਉਸ ਰਿਸ਼ੀ ਵਰ ਨੇ ਕਹਿਣਾ ਕੀਤਾ ਕਿ ਤੂੰ ਜਦੋਂ ਮੈਂ ਪਾਪ ਜੋ ਕੀਤਾ ਉਹ ਜਿਹੜੀ ਸਜ਼ਾ ਹੈ ਉਹ ਮੇਰੇ ਮਾਤਾ ਪਿਤਾ ਨੂੰ ਮਿਲਣੀ ਚਾਹੀਦੀ ਸੀ, ਤੇ ਤੂੰ ਮੈਨੂੰ ਸਜ਼ਾ ਦਿੱਤੀ ਹੈ। ਮੈਂ ਉਦੋਂ ਅਨਭੋਲ ਸੀਗਾ, ਮਾਤਾ ਪਿਤਾ ਦਾ ਫਰਜ਼ ਬਣਦਾ ਬੱਚੇ ਦੇ ਵਿੱਚ, ਬਚਪਨ ਦੇ ਵਿੱਚ ਹੀ ਉਸ ਨੂੰ ਧਰਮ ਦ੍ਰਿੜ ਕਰਵਾਇਆ ਜਾਵੇ, ਉਸ ਦੇ ਅੰਦਰ ਦਇਆ ਦ੍ਰਿੜ ਕਰਵਾਈ ਜਾਵੇ, ਉਸ ਨੂੰ ਚੰਗਾ ਸਿਖਾਇਆ ਜਾਵੇ। ਜਿਹੜੇ ਸਿਆਣੇ ਮਾਂ ਬਾਪ ਨੇ ਬਚਪਨ ਤੋਂ ਹੀ ਬੱਚਿਆਂ ਨੂੰ ਚੰਗਾ ਰਸਤਾ ਦਿਖਾਉਂਦੇ ਨੇ। ਬੋਲੋ ਸਤਨਾਮ। ਜੇ ਹੁਣ ਕਹੀਏ ਵੀ 17-18 ਸਾਲ ਤੋਂ ਬਾਅਦ ਜੇ ਗਲਤ ਰਸਤੇ ਪੈ ਗਿਆ, ਫਿਰ ਹੁਣ ਇਹਨੂੰ ਬਾਅਦ ਵਿੱਚ ਹੁਣ ਚੰਗੇ, ਫਿਰ ਤਾਂ ਕੋਈ ਭਾਗਾਂ ਵਾਲਾ ਲੱਗ ਜੇ ਤਾਂ ਲੱਗ ਜੇ, ਛੋਟੀਆਂ ਟਹਿਣੀਆਂ ਜਦੋਂ ਮੁੜਨੀਆਂ ਸੌਖੀਆਂ ਹੁੰਦੀਆਂ ਨੇ, ਮੋਟੇ ਮੋਟੇ ਟਾਹਣੇ ਥੋੜ੍ਹਾ ਮੁੜਦੇ ਨੇ। ਬੋਲੋ ਸਤਨਾਮ। ਅਸੀਂ ਸੋਚਦੇ ਉਹਦੇ ਜਦੋਂ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ, ਆਪਾਂ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਪਾਸੇ ਲਾਓ। ਸੋ ਧਰਮ ਰਾਜ ਨੂੰ ਵੀ ਸਜ਼ਾ ਦਿੱਤੀ। ਬੋਲੋ ਸਤਨਾਮ। ਭਗਤ ਦੀ ਇਤਨੀ ਵੱਡੀ ਪਦਵੀ ਹੈ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਇਓ ਦੂਤ। ਧਰਮਰਾਜ ਵੀ ਇਹ ਕਹਿੰਦਾ ਜਿੱਥੇ ਹਰੀ ਜਸ ਹੋਵੇ, ਕੀਰਤਨ ਹੋਵੇ, ਸਾਧੂ ਲੋਕ ਹੋਣ, ਰੱਬ ਦੇ ਪਿਆਰੇ ਹੋਣ, ਹੇ ਜਮਦੂਤੋ, ਜਿੱਥੇ ਤੁਸੀਂ ਦੂਸਰਿਆਂ ਨੂੰ ਮਾਰ ਮਾਰ ਕੇ ਪਕੜ ਪਕੜ ਕੇ ਇੱਥੇ ਪੇਸ਼ ਕਰਨਾ ਪਾਪੀ ਲੋਕਾਂ ਨੂੰ, ਉੱਥੇ ਭਗਤਾਂ ਦੇ ਨੇੜੇ ਨਾ ਜਾਇਓ। ਬੋਲੋ ਸਤਨਾਮ। ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ, ਨੇੜੇ ਨਾ ਜਾਇਓ ਦੂਤੋ, ਦਰ ਕਹਿ ਚਲੈ, ਜਾ ਕੇ ਕਹਿਆ ਦਰ ਕਹਿ ਚਲੈ, ਜਾ ਕੇ ਕਹਿਆ ਦਰ ਕਹਿ ਚਲੈ, ਜਾ ਕੇ ਕਹਿਆ ਦਰ ਕਹਿ ਚਲੈ, ਦਰਗਹਿ ਚੱਲੇ ਜਾ ਕਾ ਕਹਿਆ ਦਰਗਹਿ ਚੱਲੇ, ਕਹਿਆ ਦਰਗਹਿ ਚੱਲੇ, ਕਹਿਆ ਦਰਗਹਿ ਚੱਲੇ, ਕਹਿਆ ਦਰਗਹਿ ਚੱਲੇ, ਜਾ ਕਾ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਇਓ, ਅੰਤਰਜਾਮੀ ਪੁਰਖ ਵਿਰਾਸੇ ਕਰਦਾ ਮਨ ਕੀ ਕੋ, ਨਾਨਕ ਦਾਸ ਹੋ ਕੋ ਕਰ ਸੰਤਨ ਕੀ। ਬੋਲੋ ਸਤਨਾਮ ਸ਼੍ਰੀ। ਭਗਤੀ ਕਿੰਨਾ ਉੱਚਾ ਲੈ ਜਾਂਦੀ ਹੈ,
ਜੇ ਕੋਈ ਪਰਮੇਸ਼ਰ ਦੀ ਭਗਤੀ ਕਰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਤਾਂ ਕਿੰਨਾ ਉੱਚਾ ਲੈ ਜਾਂਦੀ ਹੈ। ਜਾ ਕਾ ਕਹਿਆ ਦਰਗਾਹ ਚੱਲੇ, ਉਸ ਦਾ ਕਹਿਆ ਹੋਇਆ ਦਰਗਾਹ ਦੇ ਵਿੱਚ ਵੀ ਚੱਲਦਾ। ਬੋਲੋ ਸਤਨਾਮ। ਸੋ ਕਿਸ ਕੋ ਨਜ਼ਰ ਲਾ ਆਵੇ ਤਲੈ, ਫਿਰ ਆਮ ਦੁਨੀਆਂ ਦੀ ਫਿਰ ਗੱਲ ਉਹ ਕਿਹੜਾ ਕਿਸੇ ਨੂੰ ਸੱਸ, ਮਾੜਾ ਮੋਟਾ ਕੋਈ ਬੰਦਾ ਸੱਸ ਇੱਥੇ ਚੱਲਦਾ, ਕਿਸੇ ਦੀ ਕੋਈ ਦੁਨੀਆਂ ਦੇ ਵਿੱਚ ਚੱਲਦੀ ਹੈ। ਬੋਲੋ ਸਤਨਾਮ। ਜਿਨ੍ਹਾਂ ਦੀ ਦਰਗਾਹ 'ਚ ਚੱਲਦੀ ਹੈ ਬੋਲੋ ਸਤਨਾਮ। ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ, ਅੰਗਰੇਜ਼ਾਂ ਨੇ ਉਹਨਾਂ ਦੇ ਬਰੰਟ ਕੱਢਤੇ, ਬੋਲੋ ਸਤਨਾਮ। ਅਤੇ ਮਹਾਰਾਜਾ ਪਟਿਆਲਾ ਨੇ ਵਿੱਚ ਪੈ ਕੇ ਅੰਗਰੇਜ਼ ਸਰਕਾਰ ਨੂੰ ਉਹਨਾਂ ਨੂੰ ਸਮਝਾਇਆ ਵੀ ਇਹ ਸਾਡੇ ਮਹਾਂਪੁਰਸ਼ ਨੇ ਅਤੇ ਅਸੀਂ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਇਹਨਾਂ ਦੇ ਵਚਨ ਤੋਂ ਅਸੀਂ ਕੁਛ ਵੀ ਕਰ ਸਕਦੇ ਹਾਂ। ਅਤੇ ਮਹਾਂਪੁਰਸ਼ਾਂ ਦੀ ਮਹਿਮਾ ਕਰਕੇ ਉਸ ਅੰਗਰੇਜ਼ ਆਫਿਸਰਾਂ ਨੂੰ ਜਾਂ ਜੋ ਵੀ ਵੱਡੇ ਸਨ ਉਹਨਾਂ ਨੂੰ ਸਮਝਾ ਕੇ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜਿਹੜੇ ਵਾਰੰਟ ਸੀ ਉਹ ਖਾਰਜ ਕਰਾਏ। ਬੋਲੋ ਸਤਨਾਮ। ਬਾਬਾ ਜੀ ਨੂੰ ਪਤਾ ਚੱਲਿਆ, ਮਹਾਰਾਜਾ ਪਟਿਆਲਾ ਬਾਬਾ ਜੀਆਂ ਕੋਲ ਗਿਆ ਦਮਦਮਾ ਸਾਹਿਬ, ਅਤੇ ਪਤਾ ਚੱਲਿਆ ਬਾਬਾ ਜੀਆਂ ਨੇ ਇਹ ਵਚਨ ਕੀਤਾ, ਮਹਾਰਾਜਾ ਤੇਰੀ ਇੱਥੇ ਚੱਲਦੀ ਹੈ, ਸਾਡੀ ਦਰਗਾਹ 'ਚ ਚੱਲਦੀ ਹੈ। ਬੋਲੋ ਸਤਨਾਮ। ਤੂੰ ਭਾਈ ਸਾਡੀ ਇੱਥੇ ਸਹਾਇਤਾ ਕੀਤੀ, ਅਸੀਂ ਤੇਰੀ ਦਰਗਾਹ 'ਚ ਸਹਾਇਤਾ ਕਰਾਂਗੇ। ਬੋਲੋ ਸਤਨਾਮ। ਜਾ ਕਾ ਕਹਿਆ ਦਰਗਾਹ ਚੱਲੇ, ਸੋ ਕਿਸ ਕੋ ਨਜ਼ਰ ਲਾ ਆਵੇ ਤਲੈ। ਬਸ ਇੱਥੋਂ ਹੀ ਕਾਰਨ ਬਣ ਜਾਂਦਾ ਹੈ ਅਤੇ ਸਾਸ ਜਿਨ੍ਹਾਂ ਦਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਬਸ ਸੋ ਕਿਸ ਕੋ ਨਜ਼ਰ ਲਾਵੇ ਤਲੈ। ਇਸ ਕਰਕੇ ਆਮ ਦੁਨਿਆਵੀ ਬੰਦਿਆਂ ਦਾ, ਰਾਜਸੀ ਬੰਦਿਆਂ ਦਾ ਉਹ ਕਾਣ ਕਨੌੜ ਨਹੀਂ ਕਰਦੇ। ਬੋਲੋ ਸਤਨਾਮ। ਉਹਨਾਂ ਦੀਆਂ ਚਾਪਲੂਸੀਆਂ ਨਹੀਂ ਕਰਦੇ ਹਨ ਅਤੇ ਇਸ ਕਰਕੇ ਉਹ ਗੁੱਸੇ ਹੋ ਜਾਂਦੇ, ਨਾਰਾਜ਼ ਹੋ ਜਾਂਦੇ ਨੇ ਵੀ ਬਾਕੀ ਦੁਨੀਆਂ ਸਾਡਾ ਪਾਣੀ ਭਰਦੀ ਹੈ, ਸਾਨੂੰ ਜੀ ਜੀ ਕਹਿੰਦੇ ਨੇ ਅਤੇ ਇਹ ਸਾਨੂੰ ਨੱਕ ਹੇਠ ਨਹੀਂ ਲਿਆਉਂਦੇ। ਬੋਲੋ ਸਤਨਾਮ। ਕਾਰਨ ਉਹ ਸਮਝਦੇ ਨਹੀਂ ਹੈ। ਇਸ ਕਰਕੇ ਗੁਰੂ ਘਰ ਦੇ ਨਾਲ ਸਾਧ ਸੰਗਤ ਸਮੇਂ ਦੀਆਂ ਹਕੂਮਤਾਂ ਟੱਕਰਾਂ ਲੈਂਦੀਆਂ ਰਹੀਆਂ, ਉਸ ਗੱਲ ਨੂੰ ਨਾ ਸਮਝਦੇ ਹੋਏ। ਅੰਗਰੇਜ਼ ਬੜਾ ਚਲਾਕ ਸੀ, ਉਸਨੇ ਸਿੱਖਾਂ ਨੂੰ ਪਤਾ ਸੀ ਵੀ ਜਿਨ੍ਹਾਂ ਨੇ ਹਕੂਮਤਾਂ ਨੇ ਇਹਨਾਂ ਦੇ ਨਾਲ ਟੱਕਰਾਂ ਲਈਆਂ, ਹਕੂਮਤਾਂ ਖਤਮ ਹੋ ਗਈਆਂ। ਬੋਲੋ ਸਤਨਾਮ। ਉਹ ਸੂੜੀਆਂ 'ਤੇ ਚੜ੍ਹ ਗਏ, ਉਹਨਾਂ ਨੇ ਮੁੱਖ ਨਾ ਮੋੜੇ ਅਤੇ ਸਾਧ ਸੰਗਤ ਉਹਨਾਂ ਨੇ ਪੂਰੀ ਰਿਸਰਚ ਕੀਤੀ ਅਤੇ ਸਾਧ ਸੰਗਤ ਸਿੱਖ ਸਿਪਾਹੀਆਂ ਨੂੰ, ਫੌਜੀਆਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਵੀ ਬਹਾਦਰ ਕੌਮ ਹੈ, ਇਹਨਾਂ ਦੇ ਨਾਲ ਲੜਨਾ ਠੀਕ ਨਹੀਂ ਹੈ। ਉਹਨਾਂ ਨੇ ਸਾਧ ਸੰਗਤ ਫੌਜਾਂ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ। ਬੋਲੋ ਸਤਨਾਮ। ਅਮਰ ਛਕਣਾ ਵੀ ਜ਼ਰੂਰੀ ਕਰਤਾ, ਹਾਂ ਠੀਕ ਆ, ਅਮਰ ਛਕੋ ਅਤੇ ਆਪਣੀ ਤੁਸੀਂ ਰੱਖੋ, ਰਹਿਤ ਬਹਿਤ ਰੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਖੋ, ਤੁਸੀਂ ਆਪਣੀ ਜੋ ਵੀ ਕਰਨਾ ਕਰੋ। ਬੋਲੋ ਸਤਨਾਮ। ਮੁਗਲਾਂ ਨੇ ਪਾਬੰਦੀਆਂ ਲਾ ਤੀਆਂ, ਸਿੱਖਾਂ ਨੇ ਆਪਣੇ ਗੁਰੂ ਤੋਂ ਮੁੱਖ ਨਾ ਮੋੜਿਆ। ਬੋਲੋ ਸਤਨਾਮ। ਸੂੜੀਆਂ 'ਤੇ ਚੜ੍ਹ ਗਏ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾ ਲੀਆਂ, ਪਰੰਤੂ ਉਹ ਸਾਧ ਉਹਨਾਂ ਨੇ ਮੁੱਖ ਨਾ ਮੋੜੇ ਧਰਮ ਤੋਂ। ਬੋਲੋ ਸਤਨਾਮ। ਸੰਤ ਭਗਤ ਲੋਕ ਜੋ ਹੁੰਦੇ ਹਨ, ਜਿਵੇਂ ਇੱਕ ਸੁਹਾਗਣ ਇਸਤਰੀ ਆਪਣੇ ਪਤੀ ਤੋਂ ਬਿਨਾਂ ਦੂਜੇ ਨੂੰ ਸਾਧ ਸੰਗਤ ਨੱਕ ਹੇਠ ਨਹੀਂ ਲਿਆ ਸਕਦੀ ਕਿਉਂਕਿ ਉਹ ਉਸਦਾ ਧਰਮ ਹੈ। ਬੋਲੋ ਸਤਨਾਮ। ਇਸੇ ਤਰ੍ਹਾਂ ਨਾਮ ਜਪਣ ਵਾਲਿਆਂ ਦਾ ਵੀ ਇੱਕ ਧਰਮ ਹੁੰਦਾ। ਬੋਲੋ ਸਤਨਾਮ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜੇ ਕੋਈ ਹੁਣ ਸਿੱਖ ਕੋਈ ਹੰਕਾਰੀ ਥੋੜ੍ਹੋ ਸੀ, ਉਹਨਾਂ ਦੇ ਅੰਦਰ ਹੰਕਾਰ ਥੋੜ੍ਹੋ ਸੀ। ਬੋਲੋ ਸਤਨਾਮ। ਜੋ ਪ੍ਰੇਮ ਪਿਆਰ ਦੇ ਨਾਲ ਸਾਧ ਸੰਗਤ ਉਹਨਾਂ ਨੂੰ ਬੇਨਤੀਆਂ ਕਰਦੇ, ਬੜਿਆਂ ਨੇ ਫਿਰ ਬੜਾ ਸੋਚਿਆ, ਨਵਾਬੀਆਂ ਭੇਜੀਆਂ। ਬੋਲੋ ਸਤਨਾਮ। ਇਹਨਾਂ ਦੇ ਨਾਲ ਲੜਾਈ ਕਰਨੀ, ਜੰਗ ਕਰਨਾ ਠੀਕ ਨਹੀਂ, ਅਸੀਂ ਜਿੱਤ ਨਹੀਂ ਸਕਦੇ। ਬੋਲੋ ਸਤਨਾਮ। ਨਵਾਬੀਆਂ ਤੱਕ ਫਿਰ ਪੇਸ਼ ਕੀਤੀਆਂ। ਸੋ ਰੱਬ ਦੇ ਪਿਆਰੇ ਜਿਹੜੇ ਹੁੰਦੇ ਹਨ, ਜਿਹੜੇ ਹਨ ਬਾਣੀ ਦੱਸਦੀ ਹੈ, ਜੋ ਸਿਮਰਨ ਕਰਦਾ ਹੈ, ਪ੍ਰਭ ਕੋ ਸਿਮਰ ਜੀ ਸੇ ਬੇ ਮੋਹਤਾਜੇ, ਬੇ ਮੋਹਤਾਜੇ, ਪ੍ਰਭ ਕੋ ਸਿਮਰ ਜੀ ਸੇ ਬੇ ਮੋਹਤਾਜੇ, ਬੇ ਮੋਹਤਾਜੇ, ਪ੍ਰਭ ਕੋ ਸਿਮਰ ਜੀ ਸੇ ਬੇ ਮੋਹਤਾਜੇ, ਮੋਹਤਾਜੇ, ਬੇ ਮੋਹਤਾਜੇ, ਰੱਬ ਕੋ ਸਿਮਰ ਜੀ।
ਸਿਮਰਨ ਇੰਨਾ ਉੱਚਾ ਲੈ ਜਾਂਦਾ ਹੈ, ਵਾਹਿਗੁਰੂ ਦੀ ਭਗਤੀ ਇੰਨਾ ਉੱਚਾ ਲੈ ਜਾਂਦੀ ਹੈ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜ। ਸਾਰੀ ਦੁਨੀਆਂ ਦੇ ਰਾਜੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹਛਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ। ਕਿਸੇ ਦੀ ਮੁਹਤਾਜਗੀ ਨਹੀਂ ਰਹਿੰਦੀ, ਕਿਸੇ ਦੀ ਬੇਮੁਹਤਾਜ। ਪ੍ਰਭੂ ਦੇ ਪਿਆਰੇ, ਰੱਬ ਦੇ ਪਿਆਰੇ ਐਸੀ ਅਵਸਥਾ ਤੱਕ ਪਹੁੰਚ ਜਾਂਦੇ ਹਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੋ ਖੈਰ ਵਿਸਥਾਰ ਵਿੱਚ ਨਾ ਜਾਈਏ, ਸਾਧ ਸੰਗਤ ਪਰਮਾਤਮਾ ਦੀ ਭਗਤੀ ਇੰਨੇ ਉੱਚਾ ਲੈ ਜਾਂਦੀ ਹੈ। ਰਿਸ਼ੀਵਰ ਨੇ ਕਹਿਣਾ ਕੀਤਾ ਕਿ ਤੂੰ ਇਹ ਮੈਨੂੰ ਸਜ਼ਾ ਨਾ ਹੱਕ ਦਿੱਤੀ ਹੈ। ਕਹਿੰਦਾ ਹਾਂ, ਇਹ ਮੇਰੇ ਤੋਂ ਗਲਤੀ ਹੋ ਗਈ। ਧਰਮਰਾਜ ਕਹਿੰਦਾ ਹਾਂ, ਮੇਰੇ ਤੋਂ ਗਲਤੀ ਹੋ ਗਈ। ਇਹ ਬਾਣੀ ਦੱਸਦੀ ਹੈ, ਸਭ ਭੁੱਲ ਜਾਂਦੇ ਨੇ, ਗੁਰੂ ਨੀ ਭੁੱਲਦਾ, ਗੁਰੂ ਨੀ ਭੁੱਲਦਾ। ਸਭ ਭੁੱਲ ਜਾਂਦੇ ਨੇ, ਗੁਰੂ ਨੀ ਭੁੱਲਦਾ, ਗੁਰੂ ਨੀ ਭੁੱਲਦਾ।
ਭੁੱਲਣ ਵਿੱਚ ਕੀ ਆ ਸਭ ਕੋਏ ਕਰਤਾ ਆਪ ਨਾ ਪਰਮੇਸ਼ਰ ਨਹੀਂ ਭੁੱਲਦਾ ਪਰਮਾਤਮਾ ਨਹੀਂ ਭੁੱਲਦਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਗੁਰੂ ਪਰਮੇਸ਼ਰ ਦਾ ਹੀ ਰੂਪ ਹੈ ਗੁਰੂ ਪਰਮਾਤਮਾ ਦਾ ਹੀ ਸਰਗੁਣ ਰੂਪ ਹੈ ਇਸ ਕਰਕੇ ਗੁਰੂ ਅਭੁੱਲ ਹੈ ਕਰਤੇ ਕੀਮਿਤ ਕਰਤਾ ਜਾਣਾ ਕਹਿ ਜਾਣ ਗੁਰ ਸੂਰਾ ਗੁਰੂ ਅਭੁੱਲ ਹੈ ਗੁਰੂ ਨਹੀਂ ਕਦੇ ਗਲਤੀ ਕਰਦਾ ਬੋਲੋ ਸਤਨਾਮ ਪਰਮੇਸ਼ਰ ਤੋਂ ਕੁਛ ਵੀ ਗਲਤ ਨਹੀਂ ਹੋ ਸਕਦਾ ਗੁਰੂ ਤੋਂ ਕਦੇ ਵੀ ਗਲਤ ਨਹੀਂ ਹੋ ਸਕਦਾ ਹੈ ਗੁਰੂ ਅਭੁੱਲ ਹੈ ਵੱਡੇ ਵੱਡੇ ਭੁੱਲ ਜਾਂਦੇ ਨੇ ਬ੍ਰਹਮਾ ਗਰਵ ਕੀਆ ਨਹੀਂ ਜਾਣਿਆ ਏਡੀ ਵੱਡੀ ਡਿਊਟੀ ਧਰਮਰਾਜ ਵੀ ਭੁੱਲ ਗਿਆ ਬੋਲੋ ਸਤਨਾਮ ਭੁੱਲ ਜਾਂਦਾ ਧਰਮਰਾਜ ਵੀ ਭੁੱਲ ਜਾਂਦਾ ਬਰਮਾ ਵਿਸ਼ਨੂੰ ਮਹੇਸ਼ ਵਰਗੇ ਭੁੱਲ ਜਾਂਦੇ ਨੇ ਬੋਲੋ ਸਤਨਾਮ ਅਵਤਾਰਾਂ ਦੇ ਅੰਦਰ ਵੀ ਸਾਧ ਸੰਗਤ ਕਿਤੇ ਲੇਸਾਦਾਰ ਅਵਿਦਿਆ ਕੰਮ ਕਰ ਜਾਂਦੀ ਹੈ ਬੋਲੋ ਸਤਨਾਮ ਪਰੰਤੂ ਸਤਿਗੁਰ ਦਾ ਜੋ ਅਵਤਾਰ ਹੈ ਗੁਰੂ ਅਵਤਾਰ ਹੈ ਉਹ ਅਭੁੱਲ ਹੈ ਬੋਲੋ ਸਤਨਾਮ ਇਸ ਕਰਕੇ ਬਾਣੀ ਦੇ ਵਿੱਚ ਸਾਧ ਸੰਗਤ ਅਸੀਂ ਲੋਕ ਕੋਈ ਮਾੜੀ ਜਿਹੀ ਗੱਲ ਲੈ ਕੇ ਵੱਡਿਆਂ ਵੱਡਿਆਂ ਪੈਗੰਬਰਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਹਾਂ ਬੋਲੋ ਸਤਨਾਮ ਨਾਲੇ ਹਰਸ਼ ਨੂੰ ਭੁੱਲਦੇ ਹਾਂ ਜੀਵ ਮਾਤਰ ਅਸੀਂ ਬੋਲੋ ਸਤਨਾਮ ਗੁਰੂ ਸਮਰੱਥ ਹੈ ਗੁਰੂ ਹਰ ਇੱਕ ਨੂੰ ਮਤ ਦੇ ਸਕਦਾ ਬੋਲੋ ਸਤਨਾਮ ਸਭ ਤੇ ਵੱਡਾ ਸਤਿਗੁਰ ਨਾਮ ਉਹ ਸਭ ਨਾਲੋਂ ਵੱਡਾ ਹੈ ਪਰਮੇਸ਼ਰ ਹੈ ਉਹ ਇਸ ਕਰਕੇ ਗੁਰਬਾਣੀ ਦੇ ਵਿੱਚ ਜੋ ਆਉਂਦਾ ਸਾਰਿਆਂ ਨੂੰ ਮਤ ਦਿੱਤੀ ਹੈ ਬੋਲੋ ਸਤਨਾਮ ਤੇ ਜੇ ਅਸੀਂ ਉਹਨਾਂ ਬਾਣੀ ਦੇ ਤੁਕਾਂ ਦਾ ਆਸਰਾ ਲੈ ਕੇ ਅਸੀਂ ਵੱਡਿਆਂ ਵੱਡਿਆਂ ਦੀ ਨਿੰਦਿਆ ਕਰੀਏ ਤੇ ਆਪ ਅਸੀਂ ਖਿਨ ਖਿਨ ਭੁੱਲਦੇ ਹਾਂ ਬੋਲੋ ਸਤਨਾਮ ਲੇਖਿਆ ਕਤੇ ਨਾ ਛੁੱਟੀਐ ਖਿਨ ਖਿਨ ਭੁੱਲਣ ਹਾ ਖਿਨ ਖਿਨ ਗਲਤੀਆਂ ਕਰਦੇ ਹਾਂ ਤੇ ਮਤਾਂ ਦਿੰਦੇ ਹਾਂ ਵੱਡਿਆਂ ਵੱਡਿਆਂ ਨੂੰ ਬੋਲੋ ਸਤਨਾਮ ਤੇ ਸਾਡਾ ਜੀਵ ਮਾਤਰ ਦਾ ਇਹ ਸਾਧ ਸੰਗਤ ਫਰਜ਼ ਬਣਦਾ ਵੀ ਅਸੀਂ ਨਿੰਦਿਆ ਕਰੀਏ ਬੋਲੋ ਸਤਨਾਮ ਸਤਿਗੁਰੂ ਸਮਰੱਥ ਨੇ ਬਾਈ ਸਤਿਗੁਰੂ ਸਰਵ ਸ਼ਕਤੀਮਾਨ ਨੇ ਉਹਨਾਂ ਨੇ ਤਾਂ ਸਾਧ ਸੰਗਤ ਸਭ ਦੀਆਂ ਭੁੱਲਾਂ ਨੂੰ ਸੁਧਾਰਨਾ ਹੈ ਬੋਲੋ ਸਤਨਾਮ ਜੇ ਕਿਤੇ ਅਵਤਾਰਾਂ ਤੋਂ ਵੀ ਭੁੱਲ ਹੋ ਗਈ ਤਾਂ ਵੀ ਸਤਿਗੁਰਾਂ ਨੇ ਸਾਧ ਉਸਦੀ ਸੁਧਾਰਨਾ ਕੀਤੀ ਹੈ ਬੋਲੋ ਸਤਨਾਮ ਜਿੱਥੇ ਬਾਣੀ ਦੇ ਵਿੱਚ ਆਉਂਦਾ ਹੈ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪਛਤਾਨਿਆ ਬ੍ਰਹਮਾ ਦੇ ਅੰਦਰ ਵੀ ਕਹਿੰਦੇ ਗਰਭ ਪੈਦਾ ਹੋ ਗਿਆ ਬੋਲੋ ਸਤਨਾਮ ਹਾਂ ਪੈਦਾ ਹੋ ਗਈ ਬੋਲੋ ਸਤਨਾਮ ਵੱਡਿਆਂ ਵੱਡਿਆਂ ਅਸੀਂ ਤਾਂ ਜੀਵ ਹਾਂ ਭਾਈ ਅਸੀਂ ਬੇਨਤੀਆਂ ਕਰਨੀਆਂ ਬਖਸ਼ਾਉਣਾ ਹੈ ਤੇ ਭੁੱਲਾਂ ਬਖਸ਼ਾਉਣੀਆਂ ਜਨਮਾਂ ਜਨਮਾਤਰਾਂ ਦੀਆਂ ਭੁੱਲਾਂ ਬਖਸ਼ਾਉਣੀਆਂ ਹਨ ਅਸੀਂ ਬੇਨਤੀਆਂ ਕਰਨੀਆਂ ਸਾਨੂੰ ਖੁਦ ਹੀ ਗੁਰੂਆਂ ਨੇ ਸਿਖਾਤੀਆਂ ਬੋਲੋ ਸਤਨਾਮ ਗੁਰੂ ਭੁੱਲ ਹੈ ਫਿਰ ਵੀ ਸਾਨੂੰ ਕਲਯੁਗ ਜੀਵਾਂ ਨੂੰ ਰਹਿਮ ਕਰ ਕਰਕੇ ਤਰਸ ਕਰ ਕਰਕੇ ਬੇਨਤੀਆਂ ਕਰਨੀਆਂ ਸਿਖਾਈਆਂ ਨੇ ਹਮੇ ਅਵਗਣ ਪਰੇ ਇੱਕ ਗੁਣ ਨਾਹੀਂ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਇਹ ਬੇਨਤੀਆਂ ਕਰਨੀਆਂ ਸਿਖਾਈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਜਿੰਨਾ ਸਮੁੰਦਰ ਪਾਣੀ ਦੇ ਨਾਲ ਭਰਿਆ ਹੋਇਆ ਹੈ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ ਬੋਲੋ ਸਤਨਾਮ ਹੁਣ ਗੁਰੂ ਕਿਤੇ ਔਗਣਾਂ ਨਾਲ ਭਰੇ ਹੋਏ ਸੀ ਭਾਈ ਉਹ ਤਾਂ ਗੁਣਾਂ ਦੇ ਸਮੁੰਦਰ ਨੇ ਬੋਲੋ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਗੈ ਨਹੀਂ ਦੂਰ ਜਪ ਤਪ ਸੰਜਮ ਕਿਛ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਗੁਰੂ ਜੀ ਭਾਈ ਕਿਤੇ ਨੀਚ ਕਰਮਾ ਵਾਲੇ ਸੀ ਗੁਰੂ ਜੀ ਤੋਂ ਵੱਧ ਕਿਹਨੇ ਜਪ ਕਰ ਲੈਣਾ ਤਪ ਕਰ ਲੈਣਾ ਸੰਜਮ ਕਰ ਲੈਣਾ ਸੇਵਾ ਕਰ ਲੈਣੀ ਹੈ ਗੁਰੂ ਨੇ ਇਹ ਕਰ ਕਰਕੇ ਦੱਸਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਕਲਯੁਗੀ ਜੀ ਆਪਣੀ ਔਕਾਤ ਨੂੰ ਭੁੱਲ ਜਾਂਦੇ ਹਾਂ ਭਾਈ ਸੋ ਸਾਧ ਸੰਗਤ ਵੱਡੇ ਵੱਡੇ ਭੁੱਲ ਜਾਂਦੇ ਨੇ ਪਰੰਤੂ ਗੁਰੂ ਅਭੁੱਲ ਹੈ ਪਰਮੇਸ਼ਰ ਅਭੁੱਲ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਧਰਮਰਾਜ ਤੋਂ ਵੀ ਭੁੱਲ ਹੋ ਗਈ ਬਰਮਾ ਜੀ ਤੋਂ ਵੀ ਭੁੱਲ ਹੋ ਗਈ ਐਸਾ ਸਮਾਂ ਬਿਪਤਾ ਪੈ ਗਈ ਉਹਨਾਂ ਦੇ ਵੇਦ ਹੀ ਖੋ ਕੇ ਲੈ ਗਏ ਰਾਖਸ਼ ਬੋਲੋ ਸਤਨਾਮ ਉਹ ਬਿਪਤਾ ਖੜੀ ਹੋ ਗਈ ਵੇਦ ਕੀ ਬਿਪਤ ਪੜੀ ਪਛਤਾਨਿਆ ਪਛਤਾਉਣਾ ਪਿਆ ਇਹ ਹੁਣ ਗਲਤੀ ਹੋ ਗਈ ਭੁੱਲ ਹੋ ਗਈ ਕੀ ਕਰੀਏ
समझ लिया मैं ही छो सकता रब मैं ही हां। बोलो सतनाम श्री वाहेगुरु। परमेश्वर का किने अंत पाया है। बेनती की महाराज बंदा हुण दो बड़े लोग ने भुलता हो जाते परंतु अपनी माफी जदे मंग लेंदे ने। बोलो सतनाम। असी लोग भुला करके भी मन ले मैं कोई गलती की है ना मैं कोई पाप किया है हुण बेनती की महाराज बख्श लो मैनू। बोलो सतनाम। हे प्रभु मैं आप ही रब बन गया मैनू बख्श लो। कहिंदे आए नहीं भाई हुण इस मौल नू लाउण वास्ते ना ड्यूटी जिहड़ी है करनी है हुण की कर। वर्मा नू हुक्म होया आकाशवाणी हो रही है तप कर वर्मा तप कर वर्मा तप कर हो आकाशवाणी हुई। बोलो सतनाम श्री वाहेगुरु। हे वर्मा हुण तू तप कर भगती कर तपस्या कर। बोलो सतनाम श्री वाहेगुरु। सानू भी यह जन सेवा रूपी सिमर रूपी तप करन वास्ते मिले 84 लख जून तो उपरंत। बोलो सतनाम श्री वाहेगुरु। हे भाई तू केड़े कमां च पै गया है। ऐ इंसान है जीव तू केड़े कमां च पै गया है। तैनू अरबां खरबां सालां बाद जन्म मिलिया है। यह वक्त मिलिया है तू गुरु की गल सुन के राजी नहीं पाई। तू गुरु की गल नहीं सुनदा है। गुरु कहिंदा है 84 लख जो नू पाई 84 लख यह जन्म साडा पहला जा आखरी नहीं है। मानस को प्रवदी वड्याई मनुख नू वड्याई बख्शी है। इस पौड़ी ते जो नर चुका सो आए जाए दुख पाएंदा। जो इस पौड़ी तो छुट गया भाई फिर तू आवेगा जावेगा मरेगा फिर जमेगा फिर मरेगा। जे तू समझदा है ए जुग त्रेता द्वापर सतयुग उस तू भी पहला दा तू ए जन्म जन्मात्रा दे विच फिर रहे हैं। बोलो सतनाम श्री वाहेगुरु। ऐ इंसान है जीव तू गुरु दी बाणी ते क्यों विश्वास नहीं करदा। गुरु दे वचना ते क्यों नहीं भरोसा करदा। गुर सेवा ते भगत कमाई तब एह मानस देही पाई। इस देही को सिमर है देव सा देही पज हर की से। वैराग नु तारन कर करके बाबा आतर सिंह जी जैसे महापुरुषा ने एवें तपस्या नहीं कीती। बोलो सतनाम। दिन रात एक कर करके जिन्ह ने भगती की तपस्या की
ਉਹਨਾਂ ਨੇ ਐਵੇਂ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਆਤਮਾ ਨਿਰਮਲ ਹੋ ਚੁੱਕੀ ਸੀ। ਬੋਲੋ ਸਤਨਾਮ। ਉਹਨਾਂ ਨੇ ਸਾਨੂੰ ਕਰਕੇ ਦੱਸਿਆ ਹੈ ਇੰਨਾ ਅਮੋਲਕ ਹੈ ਬਾਬਾ ਜੀ ਨੇ ਗੋਦਾਵਰੀ ਦੇ ਵਿੱਚ ਛਾਲ ਮਾਰ ਦਿੱਤੀ। ਬੋਲੋ ਸਤਨਾਮ। ਜੇ ਪ੍ਰਭੂ ਦਾ ਦਰਸ਼ਨ ਨਹੀਂ ਹੋਣਾ, ਜੇ ਗੁਰੂ ਦਾ ਦਰਸ਼ਨ ਨਹੀਂ ਹੋਣਾ, ਇਹ ਸਰੀਰ ਤੋਂ ਕਰਾਉਣਾ ਕੀ ਹੈ? ਬੋਲੋ ਸਤਨਾਮ। ਇਹ ਸਰੀਰ ਦਾ ਫਾਇਦਾ ਕੀ ਹੈ? ਇਸ ਜਨਮ ਦਾ ਫਾਇਦਾ ਕੀ ਹੈ? ਜੇ ਇਸ ਜਨਮ ਦੇ ਵਿੱਚ ਆ ਕੇ ਸਾਨੂੰ ਪ੍ਰਭੂ ਦਾ ਦਰਸ਼ਨ ਹੀ ਨਹੀਂ ਹੋਇਆ। ਬੋਲੋ ਸਤਨਾਮ। ਜੇ ਸਾਨੂੰ ਗੁਰੂ ਦਾ ਪ੍ਰਤੱਖ ਦਰਸ਼ਨ ਨਹੀਂ ਹੋਇਆ, ਸਰਬਣਾ ਦਰਸ਼ਨ ਹੈ ਤੇ ਸਾਧ ਸੰਗਤ ਸੁਪਨ ਦਰਸ਼ਨ ਵੀ ਹੈ, ਚਿੱਤਰ ਦਰਸ਼ਨ ਵੀ ਹੈ ਤੇ ਫਿਰ ਇੱਕ ਪ੍ਰਤੱਖ ਦਰਸ਼ਨ ਵੀ ਹੈ। ਬੋਲੋ ਸਤਨਾਮ। ਫਿਰ ਜੋਤ ਸਰੂਪ ਦਰਸ਼ਨ ਵੀ ਹੈ। ਬੋਲੋ ਸਤਨਾਮ। ਸਿਰਫ ਸਰਬਣਾ ਦਰਸ਼ਨ ਨਹੀਂ ਹੈ, ਇਕੱਲਾ ਸੁਪਨ ਦਰਸ਼ਨ ਨਹੀਂ ਹੈ ਤੇ ਸਾਧ ਸੁਪਨੇ ਵਿੱਚ ਦਰਸ਼ਨ ਹੋ ਗਿਆ, ਚਿੱਤਰੀ ਦੇਖ ਲਿਆ, ਉਹ ਸਰੂਪ ਹੀ ਦੇਖ ਲਿਆ, ਇਹ ਚਿੱਤਰ ਦਰਸ਼ਨ ਹੈ। ਜੋ ਅਸੀਂ ਗੁਰੂ ਮਹਾਰਾਜ ਦੇ ਸਰੂਪ ਦੇਖਦਿਆਂ, ਬਣਾਏ ਹੋਏ ਦੇਖਦਿਆਂ, ਜਾਂ ਕੋਈ ਕੋਈ ਪ੍ਰਤੱਖ ਦੇਖਦਿਆਂ, ਕਿਸੇ ਦਾ ਕਿਸੇ ਦੀ ਵੀ ਮੂਰਤੀ ਦੇਖਦਿਆਂ, ਉਹ ਮੂਰਤੀ ਦਰਸ਼ਨ ਹੈ। ਬੋਲੋ ਸਤਨਾਮ। ਜੋ ਸੁਪਨੇ ਦੇ ਵਿੱਚ ਕੋਈ ਬਖਸ਼ਿਸ਼ ਹੋ ਗਈ ਤਾਂ ਉਹ ਸੁਪਨ ਦਰਸ਼ਨ ਹੈ। ਜੋ ਕੰਨਾਂ ਦੇ ਨਾਲ ਸੁਣਨਾ ਹੀ ਸਰਬਣਾ ਦਰਸ਼ਨ ਹੈ। ਜੋ ਸਾਹਮਣੇ ਜਾ ਕੇ ਸਤਿਸੰਗ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਸੰਗਤ ਵਿੱਚ ਸੰਗਤ ਦਾ ਦਰਸ਼ਨ, ਗੁਰੂ ਦਾ ਦਰਸ਼ਨ, ਰੱਬ ਦੇ ਪਿਆਰਿਆਂ ਦਾ ਦਰਸ਼ਨ, ਇਹ ਪ੍ਰਤੱਖ ਦਰਸ਼ਨ ਹੈ। ਬੋਲੋ ਸਤਨਾਮ। ਜੇ ਬਾਬਾ ਜੀ ਨੇ ਬੇਨਤੀ ਕੀਤੀ ਹੈ ਕਲਗੀਆਂ ਵਾਲੇ ਪਾਤਸ਼ਾਹ, ਉਸੇ ਸਰੂਪ ਦੇ ਵਿੱਚ ਜਿਸ ਸਮੇਂ ਤੁਸੀਂ ਅਨੰਦਪੁਰ ਸਾਹਿਬ ਜੋਤ ਜਗਾ ਰਹੇ ਸੀ, ਮੈਂ ਤਾਂ ਉਹ ਦਸਵੇਂ ਸਰੂਪ ਦੇ ਵਿੱਚ ਤੁਹਾਡਾ ਪ੍ਰਤੱਖ ਦਰਸ਼ਨ ਕਰਨਾ ਚਾਹੁੰਦਾ ਹਾਂ। ਬੋਲੋ ਸਤਨਾਮ। ਮੈਂ ਉਸੇ ਸਰੂਪ ਦਾ ਪ੍ਰਤੱਖ ਦਰਸ਼ਨ ਕਰਨਾ ਚਾਹੁੰਦਾ ਹਾਂ ਜਿਸ ਸਰੂਪ ਦੇ ਵਿੱਚ ਤੁਸੀਂ ਅਨੰਦਪੁਰ ਸਾਹਿਬ ਜੋ ਕਲਗੀ ਜਿਗਾ ਲੱਗੀ ਹੋਈ ਚੰਦ ਤੋੜੇ, ਉਸ ਰੂਪ ਦੇ ਵਿੱਚ ਦਰਸ਼ਨ ਦਿੰਦੇ ਸੀ, ਮੈਂ ਤਾਂ ਉਸੇ ਸਰੂਪ ਦੇ ਵਿੱਚ ਦਰਸ਼ਨ ਕਰਨਾ ਚਾਹੁੰਦਾ ਹਾਂ। ਬੋਲੋ ਸਤਿ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਤੇਰਾ ਰੂਪ ਹੈ, ਸ਼ਬਦ ਰੂਪ ਹੈ, ਤੀਨ ਰੂਪ ਹੈ, ਮੋਹੇ ਕੇ ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਇਹ ਗੁਰ ਸ਼ਬਦ ਸਰੂਪ ਹੈ ਤੇ ਸਾਧ ਸੰਗਤ ਜੇ ਸਿਰਫ ਸਰਬਣਾ ਹੀ ਦਰਸ਼ਨ ਹੈ, ਫਿਰ ਤਾਂ ਘਰ ਬੈਠੇ ਸੁਣੋ ਤੇ ਗੁਰਦੁਆਰੇ ਜਾਣ ਦੀ ਲੋੜ ਨਹੀਂ। ਬੋਲੋ ਸਤਨਾਮ। ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਆਉਂਦਾ, ਘਰ ਬੈਠੇ ਸੁਣ ਲਓ ਵੀ ਹਾਂ, ਜਾ ਕੇ ਜਾਣ ਦੀ, ਹਰਿਮੰਦਰ ਸਾਹਿਬ ਜਾਣ ਦੀ ਲੋੜ ਨਹੀਂ, ਗੁਰਦੁਆਰੇ ਜਾਣ ਦੀ ਲੋੜ ਨਹੀਂ। ਬੋਲੋ ਸਤਨਾਮ। ਸਿਮਰਨ ਦੁਆਰਾ ਜੇ ਤੂੰ ਆਪਣੀ ਜੋਤੀ ਨੂੰ ਪ੍ਰਗਟ ਕਰ ਲਵੇਂਗਾ, ਪਰਮੇਸ਼ਰ ਦੀ ਜੋਤੀ ਨੂੰ ਆਪਣੇ ਹਿਰਦੇ ਚ ਪ੍ਰਗਟ ਕਰ ਲਵੇਂਗਾ, ਉਹ ਜੋਤ ਸਰੂਪ ਦਰਸ਼ਨ ਹੈ। ਬੋਲੋ ਸਤਨਾਮ। ਜਦੋਂ ਤੈਨੂੰ ਸਾਰੀ ਦੁਨੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਉਹ ਜੋਤ ਡਲਕਾਂ ਮਾਰਦੀ ਨਜ਼ਰ ਆਊਗੀ, ਸਾਧ ਸੰਗਤ ਉਹ ਜੋਤ ਸਰੂਪ ਦਰਸ਼ਨ ਹੈ। ਬੋਲੋ ਸਤਨਾਮ। ਗੁਰੂ ਨਾਨਕ ਸਰੂਪ ਉਸ ਰੂਪ ਦੇ ਵਿੱਚ, ਜਿਸ ਰੂਪ ਦੇ ਵਿੱਚ ਗੁਰੂ ਨਾਨਕ ਜੀ ਸੰਸਾਰ ਨੂੰ ਤਾਰ ਰਹੇ ਸਨ, ਉਹ ਗੁਰੂ ਨਾਨਕ ਦਾ ਪ੍ਰਤੱਖ ਦਰਸ਼ਨ ਹੈ। ਬੋਲੋ ਸਤਨਾਮ। ਤੇ ਖਾਲਸਾ ਮੇਰੋ ਰੂਪ, ਇਹ ਖਾਲਸੇ ਦਾ ਦਰਸ਼ਨ, ਦਸ਼ਮੇਸ਼ ਦਾ ਦਰਸ਼ਨ ਹੈ। ਬੋਲੋ ਸਤਨਾਮ। ਵਿੱਚ ਸੰਗਤ ਹਰ ਪਰਵਸ ਹੈ, ਜਿਹੜੀ ਸੰਗਤ ਪ੍ਰਭੂ ਦੇ ਕੀਰਤਨ ਦੇ ਵਿੱਚ ਮਸਤ ਹੋ ਗਈ ਹੈ, ਪਰਮੇਸ਼ਰ ਦੇ ਗੁਣਾਂ ਨੂੰ ਐ ਗਾ ਰਹੀ ਹੈ, ਉਹ ਸੰਗਤ ਰੂਪ ਵੀ ਫਿਰ ਪ੍ਰਭੂ ਦਾ ਦਰਸ਼ਨ ਹੈ। ਬੋਲੋ ਸਤਨਾਮ। ਕੀਰਤਨ ਰੂਪ ਜੋ ਇਹ ਕੀਰਤਨ ਵੀ ਪ੍ਰਭੂ ਦਾ ਰੂਪ ਹੈ। ਬੋਲੋ ਸਤਨਾਮ। ਦਰਸ਼ਨ ਕਰਨ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਪੁਰਸ਼ ਆਇਆ, ਸਾਡਾ ਅਮੀਰ ਪੁਰਸ਼ ਸੀ। ਜਦੋਂ ਆ ਕੇ ਕੀਰਤਨ ਦੇ ਵਿੱਚ ਉਹ ਐਸਾ ਮਸਤ ਹੋਇਆ, ਰਾਗ ਵਿਦਿਆ ਤੋਂ ਜਾਣੂ ਤਾਂ ਸੀ, ਪਰੰਤੂ ਰਾਗ ਦੇ ਅੰਦਰ ਪਰਮੇਸ਼ਰ ਦੀ ਉਸਤਤੀ, ਪਰਮੇਸ਼ਰ ਦੇ ਗੁਣ ਗਾਉਣੇ, ਪਰਮੇਸ਼ਰ ਦੀ ਭਗਤੀ, ਸਾਧ ਸੰਗਤ ਜਦੋਂ ਉਸਨੇ ਸਰਵਣ ਕੀਤੀ ਤਾਂ ਉਹ ਮੰਤਰ ਮੁਗਧ ਹੋ ਗਿਆ। ਬੋਲੋ ਸਤਨਾਮ। ਜਾ ਕੇ ਜਾਣ ਨੂੰ ਜਿਤਨਾ ਕੀਤਾ, ਮਹੀਨੇ ਮਹੀਨੇ ਉੱਥੇ ਜਗ੍ਹਾ ਲੈ ਕੇ, ਕੋਈ ਘਰ ਵਾਰ ਲੈ ਕੇ ਕਿਰਾਏ ਦੇ, ਉੱਥੇ ਕੀਰਤਨ ਭਗਤੀ ਵਿੱਚ ਮਸਤ ਰਹਿੰਦੇ। ਬੋਲੋ ਸਤਨਾਮ। ਨਾਲੇ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ, ਅਵਤਾਰ ਆਏ, ਰਾਮ ਆਏ, ਕ੍ਰਿਸ਼ਨ ਆਏ, ਚਲੇ ਗਏ। ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਆਏ, ਤੁਸੀਂ ਤਾਂ ਆ ਕੇ ਗਏ ਹੀ ਨਹੀਂ। ਬੋਲੋ, ਕਿਉਂਕਿ ਹਰਿਮੰਦਰ ਸਾਹਿਬ ਇਹ ਤੁਹਾਡਾ ਹੀ ਰੂਪ ਹੈ। ਬੋਲੋ ਸਤਨਾਮ।
ਤੁਸੀਂ ਕੀਰਤਨ ਦਾ ਰੂਪ ਹੋ ਕੇ ਹੈ ਸਿੱਖੋ। ਹੋਰ ਅਵਤਾਰ ਆਏ ਚਲੇ ਗਏ, ਪਰੰਤੂ ਤੁਹਾਡੇ ਗੁਰੂ ਆਏ ਗਏ ਨਹੀਂ। ਧੰਨ ਗੁਰੂ ਰਾਮਦਾਸ ਆਏ ਗਏ ਨਹੀਂ, ਕੀਰਤਨ ਦਾ ਰੂਪ ਹੋ ਕੇ ਹਰਿਮੰਦਰ ਦੇ ਵਿੱਚ ਹੀ ਵਿਰਾਜ ਗਏ। ਬੋਲੋ ਸਤਨਾਮ। ਸੋ ਸਤਸੰਗ ਸਾਡੇ ਅੰਦਰ ਭਾਈ, ਸਾਡੇ ਅੰਦਰ ਸੰਸਿਆ ਸ਼ੰਕਿਆ ਨੇ ਘੇਰਾ ਪਾ ਲਿਆ ਹੈ ਸਾਨੂੰ, ਸਾਡੀ ਸ਼ਰਧਾ ਉੱਡ ਗਈ ਹੈ ਭਾਈ, ਸਾਡਾ ਵਿਸ਼ਵਾਸ ਡੋਲ ਗਿਆ ਹੈ ਗੁਰੂ ਤੋਂ। ਬੋਲੋ ਸਤਨਾਮ। ਸਾਡਾ ਭਰੋਸਾ ਡੋਲ ਗਿਆ ਹੈ ਭਾਈ, ਸਾਡੀ ਸ਼ਰਧਾ ਉੱਡ ਗਈ ਹੈ। ਫਿਰ ਉਡਾਉਣ ਵਾਲੇ ਸਾਧ ਸੰਤ ਬਹੁਤ ਹੀ ਦੁਨੀਆ ਹੈ। ਬੋਲੋ ਸੰਸੇ ਸ਼ੰਕੇ ਪਾਉਣ ਵਾਲੇ ਬਹੁਤ ਹੀ ਦੁਨੀਆ ਹੈ ਭਾਈ। ਸ਼ਰਧਾ ਕੀਰਤਨ ਬਾਣੀ ਤਾਂ ਗੁਰਦੁਆਰੇ ਸ਼ਰਧਾ ਵਧਾਉਣ ਵਾਸਤੇ ਹਰੀ ਜਸ ਕੀਰਤਨ ਕਥਾ ਕਰੀ ਜਾਂਦੀ ਹੈ। ਬੋਲੋ ਇਹ ਹਰੀ ਜਸ ਕੀਰਤਨ ਕਥਾ ਜਿਹੜੀ ਹੈ ਇਹ ਸ਼ਰਧਾ ਵਧਾਉਣ ਵਾਸਤੇ ਕਰੀਂਦੀ ਹੈ। ਬੋਲੋ ਸਤਨਾਮ। ਸੋ ਖੈਰ ਵਿਸਥਾਰ ਵਿੱਚ ਨਾ ਜਾਈਏ, ਆਪ ਜੀ ਸਾਧ ਸੰਗਤ ਸਰਵਣ ਕਰ ਰਹੇ ਸੀ ਭਾਈ, ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ, ਪ੍ਰਤੱਖ ਦਰਸ਼ਨ, ਜੋਤ ਸਰੂਪ ਦਰਸ਼ਨ, ਤੇ ਫਿਰ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਭਗਤੀ ਬਰਮਾ ਨੂੰ ਹੁਕਮ ਹੋਇਆ, ਤੂੰ ਤਪ ਕਰ, ਆਕਾਸ਼ਵਾਣੀ ਹੋਈ, ਇਹ ਸਾਨੂੰ ਵੀ ਇਹ ਜਨਮ ਭਗਤੀ ਵਾਸਤੇ ਹੀ ਮਿਲਿਆ। ਬੋਲੋ ਸਤਨਾਮ। ਜੋ ਫਿਰ ਕਹਿਣ ਕਈ ਬਹਾਨਾ ਹੀ ਭਾਲਦੇ ਨੇ, ਲੈ ਵੀ ਫਿਰ ਕਰਮ ਕਾਰ ਛੱਡ ਦਈਏ, ਫਿਰ ਗੁਰੂ ਨਾਨਕ ਤਾਂ ਨਹੀਂ ਸਿਖਾਇਆ। ਬੋਲੋ ਸਤਨਾਮ। ਕੰਮ ਕਾਰ ਕਰਨੇ ਨੇ ਭਾਈ, ਗੁਰੂ ਜੀ ਨੇ ਕਿਹਾ ਨਾਮ ਜਪੋ, ਵੰਡ ਛਕੋ ਤੇ ਧਰਮ ਦੀ ਕਿਰਤ ਕਰੋ। ਬੋਲੋ ਸਤਨਾਮ। ਕਿਰਤ ਜੋ ਕਰਨੀ ਉਹ ਧਰਮ ਦੀ ਕਰ, ਤੂੰ ਪੇਟ ਪੂਰਤੀ ਵਾਸਤੇ ਕਰ, ਕਿਉਂਕਿ ਇਹ ਸਰੀਰ ਨੂੰ ਵੀ ਤਾਂ ਚੱਲਦਾ ਰੱਖਣਾ, ਅਨਮੈ ਕੋਸ਼ ਸਰੀਰ ਹੈ। ਬੋਲੋ ਸਤਨਾਮ। ਇਹ ਅੰਨ ਦੇ ਸਹਾਰੇ ਚੱਲਦਾ ਹੈ, ਇਹ ਜੋ ਪ੍ਰਾਣ ਹਨ, ਜਪੀਏ ਨਾਮ ਜਪੀਏ ਅੰਨ, ਇਸ ਕਰਕੇ ਲੰਗਰ ਵੀ ਲਗਾ ਦਿੱਤਾ ਨਾਲ। ਬੋਲੋ ਜਿੱਥੇ ਗੁਰੂ ਦਾ ਦੁਆਰਾ ਹੋਊਗਾ, ਗੁਰੂ ਦੇ ਨਿਸ਼ਾਨ ਝੋਲਣਗੇ, ਉੱਥੇ ਗੁਰੂ ਦਾ ਲੰਗਰ ਵੀ ਚੱਲੂਗਾ। ਬੋਲੋ ਜਿੱਥੇ ਸਤਸੰਗ ਹੁੰਦਾ, ਹਰੀ ਜਸ ਕੀਰਤਨ ਹੁੰਦਾ, ਫਿਰ ਉੱਥੇ ਗੁਰੂ ਦੇ ਲੰਗਰ ਵੀ ਚੱਲਦੇ ਨੇ। ਬੋਲੋ ਸਤਨਾਮ। ਕਿਉਂਕਿ ਅੰਨ ਮੈਂ ਕੋ ਸਰੀਰ ਹੈ ਭਾਈ, ਅੰਨ ਦੇ ਆਸਰੇ ਚੱਲਦਾ ਹੈ। ਸੋ ਸਾਧ ਸੰਗਤ ਦੇ ਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕੈਸਾ ਉੱਤਮ ਉਪਦੇਸ਼ ਬਖਸ਼ਿਸ਼ ਕੀਤਾ ਕਲਯੁਗ ਜੀਵਾਂ ਨੂੰ। ਬੋਲੋ ਸਤਨਾਮ। ਸੋ ਸਾਧ ਸੰਗਤ ਭਾਈ, ਇਹ ਜਨਮ ਤਾਂ ਇਸੇ ਵਾਸਤੇ ਮਿਲਿਆ। ਗੁਰੂ ਜੀ ਕਹਿੰਦੇ ਨੇ ਭਾਈ, ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਵਿਸਥਾਰ ਵਿੱਚ ਨਾ ਜਾਈਏ, ਫਿਰ ਪੜ੍ਹੋ। ਸਭ ਭੁੱਲ ਜਾਂਦੇ ਨੇ, ਗੁਰੂ ਨੀ ਭੁੱਲਦਾ, ਗੁਰੂ ਨੀ ਭੁੱਲਦਾ, ਸਭ ਭੁੱਲ ਜਾਂਦੇ ਨੇ, ਗੁਰੂ ਨੀ ਭੁੱਲਦਾ, ਸਾਹਿਬ ਨੀ ਭੁੱਲਦਾ। ਭਾਈ ਸਭ ਭੁੱਲ ਜਾਂਦੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ। ਇਸ ਕਰਕੇ ਗੁਰੂ ਦੇ ਕਹੇ ਦੇ ਉੱਤੇ ਕਦੇ ਵੀ ਸ਼ੰਕਾ ਨਹੀਂ ਕਰਨਾ। ਬੋਲੋ ਸਤਨਾਮ। ਗੁਰੂ ਦੀ ਬਾਣੀ ਤੇ ਕਦੇ ਵੀ ਸ਼ੰਕਾ ਨਹੀਂ ਕਰਨਾ ਹੈ ਭਾਈ, ਗੁਰੂ ਤੇ ਕਦੇ ਵੀ ਸ਼ੰਕਾ ਨਹੀਂ ਕਰਨਾ। ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਹੇ, ਗੁਰੂ ਦੀ ਕਰਨੀ ਤੇ ਵੀ ਸ਼ੰਕਾ ਨਹੀਂ ਕਰਨਾ। ਬੋਲੋ ਸਤਨਾਮ। ਗੁਰੂ ਨੇ ਐਂ ਕੀਤਾ, ਗੁਰੂ ਨੇ ਗੁਰੂ ਦੀ ਕਰਨੀ ਤੇ ਜੋ ਸ਼ੰਕਾ ਕਰਦਾ ਹੈ ਉਹ ਸਿੱਖ ਖਵਾ ਹੀ ਨਹੀਂ ਸਕਦਾ। ਬੋਲੋ ਸਤਨਾਮ। ਜੋ ਗੁਰੂ ਤੇ ਸ਼ੰਕਾ ਕਰਦਾ ਹੈ, ਗੁਰੂ ਦੀ ਬਾਣੀ ਤੇ ਸ਼ੰਕਾ ਕਰਦਾ ਹੈ, ਉਹ ਸਿੱਖ ਹੋ ਹੀ ਨਹੀਂ ਸਕਦਾ। ਬੋਲੋ।
जे कोई कहे मैं हैगा तो वह बनावटी है नकली है बोलो सतनाम। सुख है सा संगत गुरु अपुल है बाकी भुल जाते ने। ऋषि वर ने कहना किया कि तू मैनू नाहक सजा दिती है इस करके तेनू हाँ कहना मेरे तो गलती होगी। धर्मराज जी कह लगे मेरे तो गलती होगी है कहते फिर तेनू सजा असी मुकर्र करांगे बोलो सतनाम मुकर्र करांगे सजा तेरी। धर्मराज ने हाथ जोड़ ले महाराज सजा सुनाने तो पहला मैं तेन थानू एक बेनती करांगा बोलो सतनाम। कहिंदे की कहना चाहुंदा हां भाई अपनी सफाई दे विच मैं ही कहना चाहुंदा हां मैनू सत जन्म ना दिओ बोलो सतनाम। कुत्ते दा जन्म ना दिओ दासी पुत्र दा जन्म ना दिओ ये मैनू सत जन्म अखवाए भी मैनू ये जन्म ना दिओ बाकी होर जिहड़े जन्म विच भेजना भेज दिओ बोलो सतनाम। कहिंदे सजा यही है भी तेनू सत्ते यही भुगतने पैणगे बोलो सतनाम। जेड़े तू कहे ने ना सत जन्म यही तेन सत भुगतने पैणगे बोलो सतनाम। ओही भुगतने पाए बोलो सतनाम। सो सा संगत ऋषि वर ने यही कहा सी कि पांच साल की उम्र दे विच जेड़ा मैं गुनाह किया सी वो मेरे माता पिता नू लगना चाहिदा सी बोलो सतनाम। माता पिता का फर्ज है के बच्चे नू अच्छे पासे लाउणा। सुणदे सी जे ध्रुव अमर अटल पद भी प्राप्त कीती वाणी विच ना आया राम जपो जी ऐसे ऐसे ध्रुव प्रहलाद जप्यो हर जैसे। सतगुरां ने कहा भगत कबीर ने कहा जे भगती करनी है तां ऐ कर जिवें ध्रुव ने कीती बोलो सतनाम। जे तू भगती करनी है तां ऐ कर जिवें प्रहलाद ने कीती बोलो सतनाम। राम जपो जी ऐसे ऐसे राम जपो जी ऐसे ऐसे राम जपो ऐसे ऐसे राम जपो जी ऐसे ऐसे राम जपो असी कदों अपना परिवार गुरु दे वेड़े ते चढ़ावांगे बोलो सतनाम। पढ़दे सुनदे ही रहोंगे जां कुछ करन वास्ते भी तैयार होंगे बोलो सतनाम। गल्लां दे नाल तां गोविंद नहीं खुश होने बोलो सतनाम। कुछ करना पवेगा भाई। सो सात संगत गुरु दे सिख गुरु दे प्यारे तुसी सब संगतां तंतां दे योग हन भाई। जो अपना वक्त समा नहीं ता सास दुनिया कोई कमा कारां दे विच कोई किसे कम दे विच मस्त हो जांदा। जो संगत वास्ते समा करदा गुरु दे शरणी आउंदा भाई हरी यस कीर्तन भगती करदा सुनदा सत्संग कराउंदा बोलो सतनाम। ओ किन्ने भागां वाले बन जांदे हन भाई। राम जपो जी ऐसे ऐसे ध्रुव प्रहलाद जप्यो हर। गुरु जी ने बाणी विच उदाहरण दित्ती है भाई राम ऐउ जपो परमात्मा दा नाम। पुछदे ना भगती किवें करनी है नाम किवें जपना है जी नाम किवें जपना नाम किवें जपना सिमरन किवें करना बोलो सतनाम। असीं पुछदे रहने सारी जिंदगी पुछदे रहने
ਕਿਵੇਂ ਨਾਮ ਜਪਣਾ। ਗੁਰੂ ਜੀ ਕਹਿੰਦੇ ਐ ਜਪ ਜਿਵੇਂ ਧਰੂ ਨੇ ਜਪਿਆ ਬੋਲੋ, ਐ ਜਪ ਜਿਵੇਂ ਪ੍ਰਹਲਾਦ ਨੇ ਜਪਿਆ ਬੋਲੋ। ਸਤਨਾਮ ਇਹ ਤੂੰ ਪ੍ਰਭੂ ਦਾ ਦਰਸ਼ਨ ਕਰਨਾ ਪ੍ਰਤੱਖ ਚਾਹੁੰਦਾ, ਜੋਤੀ ਜੋਤ ਮਿਲਣਾ ਚਾਹੁੰਦਾ ਹੈ, ਤਾਂ ਸਾਸ ਗੱਲਾਂ ਦੇ ਨਾਲ ਨੀ ਸਾਸ ਗੱਲ ਬਣਨੀ। ਬੋਲੋ ਸਤਨਾਮ ਸੁਖੈਰ। ਸਾਨੂੰ ਕੁਛ ਕਰਨਾ ਪਊਗਾ ਬਾਈ, ਸਿਮਰਨ। ਇਹ ਜਨਮ ਇਸੇ ਵਾਸਤੇ ਹੀ ਮਿਲਿਆ ਹੈ, ਇਹ ਵਕਤ ਇਸੇ ਵਾਸਤੇ ਹੀ ਮਿਲਿਆ ਹੈ, ਤੇ ਆਹ ਸਾਸ ਸੰਗਤ ਪ੍ਰਕਰਨ ਪੂਰਾ ਕਰੀ। ਮਨ ਵਿੱਚ ਰੋਸ ਮਤਰੇਈ ਕੀਤਾ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮਨ ਵਿੱਚ ਰੋਸ ਮਤਰੇਈ ਕੀਤਾ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ ਬਾਹੋਂ ਪਕੜ ਉਠਾ ਲਿਆ, ਰੋਸ ਮਤਰੇਈ ਕੀਤਾ ਜਾਂਦਾ ਹੈ, ਨਾਲੇ ਕੰਨਾਂ ਵਿੱਚੋਂ ਸ਼ਬਦ ਗੂੰਜ ਦਿੰਦੇ ਨੇ, ਤੇਰੀ ਮਾਂ ਮਹਾਰਾਣੀ ਨਹੀਂ ਹੈ, ਕੋਈ ਰਾਣੀ ਨਹੀਂ ਹੈ, ਗੋਲੀ ਹੈ, ਚੱਲ ਤੂੰ ਇੱਥੇ ਬੈਠਣ ਦਾ ਅਧਿਕਾਰੀ ਨਹੀਂ ਹੈ। ਬੋਲੋ ਸਤਨਾਮ। ਇੱਥੇ ਮੇਰਾ ਪੁੱਤਰ ਬੈਠੇਗਾ, ਤੂੰ ਗੋਲੀ ਦਾ ਪੁੱਤਰ ਹੈ, ਮੈਂ ਰਾਣੀ ਹਾਂ, ਮੇਰਾ ਪੁੱਤਰ ਇੱਥੇ ਬੈਠੇਗਾ ਰਾਜੇ ਦੀ ਗੋਦ ਵਿੱਚ, ਤੂੰ ਬੈਠਣ ਦਾ ਅਧਿਕਾਰੀ ਨਹੀਂ ਹੈ। ਕੱਢ ਦਿੱਤਾ ਤੇ ਸਾਹ ਨਾਲ ਰੋਂਦਾ ਜਾਂਦਾ ਹੈ, ਮਾਂ ਦੇ ਕੋਲੇ ਜਾ ਕੇ ਬੇਟਾ ਕਿਉਂ ਰੋਂਦਾ ਹੈ, ਪੁੱਛਦਾ ਹੀ ਮਾਂ ਤੂੰ ਗੋਲੀ ਹੈ ਕਿ ਰਾਣੀ, ਮੇਰੇ ਪਿਤਾ ਦੀ ਸੱਚ ਦੱਸ ਮਾਂ ਮੇਰੀ, ਗੋਲੀ ਹੈ ਕਿ ਰਾਣੀ, ਮੇਰੇ ਪਿਤਾ ਸੱਚ ਦੱਸ ਮਾਤਾ ਮੇਰੀ,
ਡਡੋਲ ਕਾਮਾ ਪੁੱਛੈ ਤੂੰ ਸਵਾਣੀ ਹੈ ਕਿ ਸਰੀਤਾ ਤੂੰ ਗੋਲੀ ਹੈ ਜਾਂ ਰਾਣੀ ਹੈ ਕਹਿੰਦੀ ਸਾਹ ਸੰਗਤ ਐਸੇ ਪੁੱਤਰ ਨੂੰ ਜਨਮ ਦੇਣੀ ਦੇਣ ਵਾਲੀ ਮਾਂ ਕਿੰਨੀ ਧੰਤਾ ਦੇ ਯੋਗ ਹੋਊਗੀ ਬੋਲੋ ਸਤਿਨਾਮ ਜਰਾ ਸੋਚੋ ਜਿਸਨੇ ਐਸੇ ਪੁੱਤਰ ਨੂੰ ਜਨਮ ਦਿੱਤਾ ਦੁਨੀਆ ਸਾਹ ਸੰਗਤ ਕਿੰਨੀ ਹੋ ਕੇ ਚਲੀ ਗਈ ਆ ਜੁਗ ਬੀਤ ਗਏ ਬਾਈ ਅੱਜ ਤੱਕ ਧਰੂ ਦੀ ਸਾਸ ਭਗਤੀ ਧਰੂ ਦਾ ਨਾਂ ਰਹਿੰਦੀ ਦੁਨੀਆਂ ਤੱਕ ਹਰ ਸਿਮਰਤ ਅਮਰਾ ਟਾਰੇ ਸਾਧ ਸੰਗਤ ਦੇ ਸਾਰਾ ਸ਼੍ਰੇ ਕਿਸ ਨੂੰ ਜਾਂਦਾ ਧਰੂ ਦੀ ਮਾਂ ਨੂੰ ਜਾਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਐਸੀ ਗੁਰਮੁਖ ਮਾਂ ਨੇ ਐਸਾ ਪੁੱਤਰ ਪੈਦਾ ਕੀਤਾ ਤੇ ਕਹਿਣਾ ਕੀਤਾ ਸਵਾਣੀ ਹਾਂ ਜਨਮ ਦੇ ਨਾਮ ਨਾ ਭਗਤੀ ਕਰਮ ਦਰੜੀਤਾ ਇਹ ਤਾਂ ਕੋਈ ਹੋਰ ਮਾਂ ਹੁੰਦੀ ਫਿਰ ਤਾਂ ਲੱਗ ਜਾਂਦੀ ਗਾਲਾਂ ਕੱਢਣ ਬੋਲੋ ਸਤਨਾਮ ਉਹ ਮਨਮੁਖ ਮਾਂ ਨਹੀਂ ਸੀ ਬਾਈ ਉਹ ਅਗਿਆਨੀ ਮਾਂ ਨਹੀਂ ਸੀ ਉਹ ਗਿਆਨ ਵਾਲੀ ਮਾਂ ਸੀ ਉਹ ਭਗਤੀ ਨਾਲ ਭਰੀ ਹੋਈ ਮਾਂ ਸੀ ਉਹ ਪਰਮੇਸ਼ਰ ਦੇ ਵਿਸ਼ਵਾਸ ਨਾਲ ਭਰੀ ਹੋਈ ਮਾਂ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਕੋਈ ਤਾਂ ਬੇਟਾ ਮੈਂ ਹੈ ਤਾਂ ਰਾਣੀ ਹੀ ਪਰੰਤੂ ਬਸ ਕਰਮ ਦੀ ਗਤੀ ਆਪਾਂ ਨੂੰ ਪਿਓ ਮਾਂ ਪੁੱਤ ਨੂੰ ਇੱਥੇ ਲੈ ਆਈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹੇ ਬੇਟਾ ਇਹੋ ਜਿਹੀ ਹਾਲਤ ਦਾ ਕਾਰਨ ਹੈ ਪੁੱਛਦਾ ਤਰੂ ਮਾਂ ਫਿਰ ਇਹੋ ਜਿਹੀ ਜੰਗਲਾਂ ਦੇ ਵਿੱਚ ਕੁਟੀਆ ਪਾ ਕੇ ਰਹਿਣਾ ਪੈ ਰਿਹਾ ਹੈ ਦੂਜੇ ਪਾਸੇ ਮਹਿਲ ਮਾੜੀਆਂ ਮੇਰਾ ਦੂਸਰਾ ਭਰਾ ਹੀ ਹੈ ਬੋਲੋ ਸਤਨਾਮ ਉਹ ਉੱਥੇ ਰਹਿ ਰਹੇ ਨੇ ਆਪਾਂ ਜੰਗਲਾਂ ਦੇ ਵਿੱਚ ਕੁਟੀਆ ਦੇ ਵਿੱਚ ਮਾਲਾ ਫਿਰ ਰਹੇ ਹਾਂ ਕਹਿਣਾ ਕੀਤਾ ਬੇਟਾ ਲਾਲਵੇ ਭਗਤੀ ਨ ਕੀਤੀ ਰੱਬ ਦੀ ਲਾਲਵੇ ਭਗਤੀ ਨ ਕੀਤੀ ਰੱਬ ਦੀ
ਗੁਰਮੁਖ ਮਾਂ ਨੇ ਉਸਨੂੰ ਸੱਚਾ ਗਿਆਨ ਦਿੱਤਾ ਇੱਕ ਬੱਚੇ ਨੂੰ ਆਪਣੇ ਬੇਟੇ ਨੂੰ ਦੇ ਮਨ ਵਿੱਚ ਈਰਖਾ ਪੈਦਾ ਨਹੀਂ ਕੀਤੀ ਰਾਗ ਦਵੈਸ਼ ਨਹੀਂ ਪੈਦਾ ਕੀਤਾ ਤੇ ਸੱਸ ਨਿੰਦਿਆ ਨਾ ਕੀਤੀ ਨਾ ਸੁਣਾਈ ਤੇ ਸੱਸ ਕਹਿਣਾ ਕੀਤਾ ਬੇਟਾ ਪ੍ਰਤੀਤ ਹੁੰਦਾ ਕਿ ਕਿਸੇ ਜਨਮ ਦੇਵ ਜਪਾਂ ਥੋੜ੍ਹੀ ਬਹੁਤੀ ਭਗਤੀ ਕੀਤੀ ਹੋਣੀ ਹੈ ਕੋਈ ਥੋੜ੍ਹਾ ਬਹੁਤਾ ਦੁਨਿਆਵੀ ਸੁੱਖਾਂ ਨੂੰ ਮੁੱਖ ਰੱਖ ਕੇ ਰੱਬ ਦਾ ਨਾਂ ਲਿਆ ਹੋਣਾ ਇਸ ਕਰਕੇ ਆਪਾਂ ਨੂੰ ਰਾਜ ਘਰਾਣੇ 'ਚ ਜਨਮ ਮਿਲ ਗਿਆ ਸੁਭ ਕੁਲ ਜਨਮ ਸਰੂਪ ਤਨ ਭੋਗ ਭੂਪ ਆਪਤ ਪੰਡਤ ਦਹੀਂ ਅਰੋਗ ਪੁਨ ਧਰਮ ਜਾਨ ਫਲ ਸਤ ਇਹ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਹੁੰਦਾ ਹੈ ਕਿੱਥੇ ਜਨਮ ਲੈਣਾ ਹੈ ਕਿਸ ਕੁਲ 'ਚ ਜਨਮ ਹੋਣਾ ਹੈ ਤੇ ਸਾਧ ਸੰਗਤ ਫਿਰ ਦੇਹੀ ਰੋਗ ਹੋਊਗੀ ਜਾਂ ਰੋਗੀ ਪੈਦਾ ਹੋਊਗਾ ਕੋਈ ਧਨ ਦੌਲਤ ਹੋਊਗੀ ਨਹੀਂ ਹੋਊਗੀ ਐਸਾ ਵਿਸਥਾਰ ਵਿੱਚ ਨਾ ਜਾਈਏ ਕੋਈ ਚਾਰ ਅੱਖਰ ਪੜ੍ਹਿਆ ਹੋਣਾ ਨਹੀਂ ਹੋਣਾ ਧਰਮ ਜਾਨ ਫਲ ਸਤ ਪ੍ਰਤੀਤ ਹੁੰਦਾ ਕੋਈ ਰੱਬ ਦਾ ਨਾਂ ਕੋਈ ਭਗਤੀ ਤਾਂ ਕੀਤੀ ਹੋਣੀ ਆ ਦੁਨਿਆਵੀ ਸੁੱਖਾਂ ਨੂੰ ਲੈ ਕੇ ਪ੍ਰਤੀਤ ਹੁੰਦਾ ਵੀ ਆਪਣੀ ਭਗਤੀ ਵਿੱਚ ਹੀ ਰਹਿ ਗਈ ਬੋਲੋ ਸਤ ਇਸ ਕਰਕੇ ਆਪਾਂ ਨੂੰ ਰਾਜ ਮਿਲ ਗਿਆ ਪਰੰਤੂ ਨਾ ਹੀ ਨਿਰਾਦਰ ਹੋ ਗਿਆ ਮਿਲ ਗਿਆ ਨਿਰਾਦਰ ਇਸ ਕਰਕੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਸਿਆਣੀ ਮਾਂ ਨੇ ਐਸਾ ਕਹਿਣਾ ਕਿਤੇ ਨਹੀਂ ਆਪਾਂ ਨੇ ਈਰਖਾ ਨਹੀਂ ਕਰਨੀ ਆਪਾਂ ਨੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਪੁੱਤਰ ਬਿਲਕੁਲ ਵੀ ਨਹੀਂ ਕਸੂਰ ਨਹੀਂ ਹੈ ਕਹਿੰਦੇ ਐਸਾ ਮੈਨੂੰ ਨਹੀਂ ਉਹਦਾ ਕਸੂਰ ਨਹੀਂ ਹੈ ਤੇਰੀ ਮਾਸੀ ਦਾ ਕਸੂਰ ਨਹੀਂ ਹੈ ਤੇਰੀ ਉਸ ਮਾਂ ਦਾ ਵੀ ਉਹ ਵੀ ਤੇਰੀ ਮਾਂ ਉਹਦਾ ਕਸੂਰ ਨਹੀਂ ਹੈ ਆਪਣੇ ਕਰਮਾਂ ਦਾ ਹੀ ਕਸੂਰ ਹੈ ਬੋਲੋ ਸਤ ਆਪਣੇ ਕਰਮ ਚੰਗੇ ਨਹੀਂ ਹੈ ਕੈਸੇ ਗੁਰਮੁਖ ਦੱਦਾ ਦੋਸ ਨੇ ਦੋ ਕਿੱਸਾ ਦੋਸ ਕਰਮਾ ਆਪਣੇ ਅਸੀਂ ਪ੍ਰਭੂ ਦੇ ਦੋਸ਼ ਦਿੰਦੇ ਹਾਂ ਅਸੀਂ ਦੂਸਰਿਆਂ ਤੇ ਦੋਸ਼ ਦਿੰਦੇ ਹਾਂ ਗੁਰਮੁਖ ਆਪਣੇ ਕਰਮਾਂ ਤੇ ਹੀ ਦੋਸ਼ ਦਿੰਦਾ ਬੋਲੋ ਸਤਨਾਮ ਦੱਦਾ ਦੋਸ ਨੇ ਦੋ ਕਿੱਸਾ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਿਹੋ ਜਿਹਾ ਬੀਜੇ ਉਹੋ ਜਿਹਾ ਵੱਡਿਆ ਇਹ ਆਪਣੇ ਕਰਮਾਂ ਦਾ ਹੀ ਫਲ ਹੈ ਬੋਲੋ ਸਤਨਾਮ ਇਸ ਕਰਕੇ ਬੇਟਾ ਫਿਰ ਮੈਂ ਕੀ ਕਰਾਂ ਬੇਟਾ ਭਗਤੀ ਕਰੀ ਤੂੰ ਪਰਮਾਤਮਾ ਦੀ ਭਗਤੀ ਕਰੀ ਤੂੰ ਪਰਮਾਤਮਾ ਦਾ ਨਾਮ ਜਪੀ ਹੇ ਮਾਂ ਮੈਂ ਤਾਂ ਹੁਣੇ ਹੀ ਭਗਤੀ ਕਰਨਾ ਚਾਹੁੰਦਾ ਕਹਿੰਦੇ ਜੀ ਤੇਰੀ ਉਮਰ ਨਹੀਂ ਹੈ ਐਸਾ ਤਰਤੀ ਬਰਵੈਰਾਗ ਪੈਦਾ ਹੋ ਗਿਆ ਬੋਲੋ ਸਤਨਾਮ ਮਾਂ ਦੇ ਬਚਨਾਂ ਤੋਂ ਇੱਕ ਮਨ ਕੋਈ ਦੁਖੀ ਹੁੰਦਾ ਦੁਖੀ ਹੋਣ ਤੋਂ ਫਿਰ ਕੋਈ ਐਸਾ ਗਿਆਨ ਪ੍ਰਾਪਤ ਹੋ ਜਾਏ ਫਿਰ ਸਾਧ ਸੰਗਤ ਵੈਰਾਗ ਪੈਦਾ ਹੋ ਜਾਣਾ ਬੋਲੋ ਸਤਨਾਮ ਸੋ ਵਿਸਥਾਰ ਵਿੱਚ ਨਾ ਹੁਣ ਜਾਈਏ ਆਓ ਸਾਧ ਸੰਗਤ ਫਿਰ ਉਸਨੇ ਕੈਸੀ ਭਗਤੀ ਕੀਤੀ ਤੇ ਸਾਸ ਹਰ ਸਿਮਰਤ ਅਮਰ ਅਟਾਰੇ ਪਾਂਚ ਵਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਲੇ ਅਟਲ ਪਦਵੀ ਅਮਰ ਪਦਵੀ ਭਗਤੀ ਤੋਂ ਪ੍ਰਾਪਤ ਕੀਤੀ ਬੋਲੋ ਸਤਨਾਮ ਹੇ ਭਾਈ ਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਾਨੂੰ ਕੀਰਤਨ ਭਗਤੀ ਕਰਨ ਸੁਣਨ ਦਾ ਸੁਭਾਗ ਮਿਲਿਆ ਬੋਲੋ ਸਤਨਾਮ ਦੋ ਰੋਜ਼ਾ ਇਹ ਸਤਸੰਗ ਸਮਾਗਮ ਪ੍ਰਾਪਤ ਹੋਇਆ ਖੁਦ ਵੀ ਆਓ ਦੂਜਿਆਂ ਨੂੰ ਵੀ ਪ੍ਰੇਰਨਾ ਕਰੋ ਭਾਈ ਆਓ ਲਾਭ ਉਠਾਓ ਆਖਰੀ ਲੈਣ ਪਰ ਫਿਰ ਇਹਨਾਂ ਸ਼ਬਦ ਵਿੱਚ ਬੋਲੋ ਆਜੋ ਚੁੱਪੀਆਂ ਮਾਰ ਕੇ
ਨਾਨਕ ਬੰਦਿਆਂ ਕਟਨਾ ਕਹਿ ਜਾਂਦਾ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਤਿਗੁਰ ਦਾ ਪਾਇਆ ਸਹਿਜ ਨਾਮ ਤੇ